ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਪਿੰਡ 30 RB ਤਹਿਸੀਲ ਪਦਮਪੁਰ ਡਿਸਟ੍ਰਿਕਟ ਗੰਗਾਨਗਰ ਰਾਜਸਥਾਨ ਵਿਖੇ ਆਪ ਸਰਬੱਤ ਸੰਗਤ ਵੱਲੋਂ ਉਚੇਚੇ ਤੌਰ 'ਤੇ ਉਪਰਾਲਾ ਕਰਕੇ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਮਹਾਨ ਗੁਰਮਤਿ ਸਮਾਗਮ ਉਲੀਕੇ ਗਏ ਹਨ। ਦਾਸ ਤੋਂ ਪਹਿਲਾਂ ਸਿੱਖ ਜਗਤ ਦੇ ਅੰਦਰ ਬੜਾ ਬੁਲੰਦ ਪ੍ਰਚਾਰ ਕਰਨ ਵਾਲੇ ਬੜੇ ਹੀ ਸਤਿਕਾਰਯੋਗ ਢਾਡੀ ਗਿਆਨੀ ਲਖਵਿੰਦਰ ਸਿੰਘ ਜੀ ਸੋਹਲ ਆਪ ਸਰਬੱਤ ਸੰਗਤ ਦੇ ਨਾਲ ਬੜੇ ਪ੍ਰੇਮ ਸਹਿਤ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਥਾਪੜੇ ਨੂੰ ਮਾਨਣ ਵਾਲੇ ਸਤਪੁਰਸ਼ ਅਕਾਲੀ ਬਾਬਾ ਫੂਲਾ ਸਿੰਘ ਜੀ ਅਤੇ ਭਾਰਤ ਵਰਸ਼ ਅੰਦਰ ਸਭ ਤੋਂ ਲੰਬੇਰਾ ਰਾਜ ਕਰਨ ਵਾਲੇ ਮਹਾਰਾਜਾ ਰਾਜਾ ਰਣਜੀਤ ਸਿੰਘ ਦੀ ਯਾਦ ਨੂੰ ਤਾਜ਼ਿਆਂ ਕਰਕੇ ਗਏ ਹਨ। ਦਾਸ ਨੂੰ ਪ੍ਰਬੰਧਕਾਂ ਵੱਲੋਂ ਹੁਕਮ ਹੋਇਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਲਖਤੇ ਜਿਗਰ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਜਾਣ ਵਾਲੇ ਬਾਬਾ ਜ਼ੋਰਾਵਰ ਸਿੰਘ
ਅਤੇ ਬਾਬਾ ਫਤਿਹ ਸਿੰਘ ਦੇ ਅਗੰਮੀ ਜੀਵਨ ਦੇ ਨਾਲ ਸੰਗਤਾਂ ਨੂੰ ਜੋੜਨ ਦਾ ਯਤਨ ਕੀਤਾ ਜਾਵੇ। ਭਾਰਤ ਵਰਸ਼ ਗੁਲਾਮਾਂ ਦਾ ਦੇਸ਼ ਹੈ, ਕਿਉਂਕਿ ਲੰਬੇਰੇ ਸਮੇਂ ਤੋਂ ਗੁਲਾਮ ਸੀ। ਲੱਖਾਂ ਦੇਵੀ ਦੇਵਤੇ ਦੁਨੀਆਂ 'ਤੇ ਹੋਏ, ਸੈਂਕੜੇ ਵਰ੍ਹਿਆਂ ਦੀ ਗੁਲਾਮੀ ਨੂੰ ਕੋਈ ਕੱਟ ਨਾ ਸਕਿਆ। ਗੁਰੂ ਗ੍ਰੰਥ ਸਾਹਿਬ ਦਾ ਫੁਰਮਾਨ ਹੈ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਮੁਕਤ ਉਹ ਹੈ, ਚਾਹੇ ਉਹ ਦੁੱਖਾਂ ਕਲੇਸ਼ਾਂ ਤੋਂ ਮੁਕਤੀ ਹੈ, ਚਾਹੇ ਉਹ ਪਾਪਾਂ ਤੋਂ ਮੁਕਤੀ ਹੈ, ਚਾਹੇ ਗੁਲਾਮੀ ਦੇ ਸੰਗਲਾਂ ਤੋਂ ਨਿਜ਼ਾਕਤ ਹੈ। ਗੁਰੂ ਤੋਂ ਬਿਨਾਂ ਮੁਕਤੀ ਬਖਸ਼ਣ ਵਾਲਾ ਹੋਰ ਕੋਈ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਆਖਣ ਲੱਗੇ, ਹੀ ਅਲੋਨ ਇਜ਼ ਅਮੈਂਸੀਪੇਟਿਡ, ਹੀ ਅਲੋਨ ਇਜ਼ ਅਮੈਂਸੀਪੇਟਿਡ, ਓ ਨਾਨਕ ਸਭ ਲਾਈਨ ਇਜ਼ ਹੂਜ਼ ਟਰੂ। ਗੁਰੂ ਜਿਹਦਾ ਗੁਰੂ ਚੰਗਾ ਹੈ, ਕੁੱਲ ਬਰਕਤਾਂ ਦਾ ਮਾਲਕ ਹੈ, ਕੁੱਲ ਕਾਇਨਾਤ ਦਾ ਮਾਲਕ ਹੈ, ਉਹ ਦੁੱਖਾਂ ਤੋਂ ਵੀ ਮੁਕਤੀ ਦਵਾ ਸਕਦਾ ਹੈ, ਗੁਲਾਮੀ ਦੇ ਸੰਗਲ ਵੀ ਤੋੜ ਸਕਦਾ ਹੈ, ਪਾਪਾਂ ਪੁੰਨਾਂ ਤੋਂ ਵੀ ਨਿਜ਼ਾਕਤ ਦਵਾ ਸਕਦਾ ਹੈ। ਸੋ ਮੁਕਤਾ ਸੰਸਾਰ ਜੇ ਗੁਰ ਉਪਦੇਸਿਆ। ਜਿੱਥੇ 84 ਲੱਖ ਤੋਂ ਨਿਜ਼ਾਕਤ ਗੁਰੂ ਦਵਾਉਂਦਾ ਹੈ, ਉੱਥੇ ਕਹਿੰਦੇ ਨੇ, ਤਿਸਕੀ ਗਈ ਬੁਲਾਏ, ਤਿਸਕੀ ਗਈ ਬੁਲਾਏ ਮਿਟੇ ਅੰਦੇਸਿਆ। ਬੁਲਾ ਕਿਸ ਨੂੰ ਕਹਿੰਦੇ ਨੇ? ਬੁਲਾ ਦਾ ਮਤਲਬ ਕੀ ਹੈ? ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਜਿਨ੍ਹਾਂ ਦਾ ਪੂਰਾ ਗੁਰੂ ਨਾਨਕ ਨਿਰੰਕਾਰੀ ਹੈ, ਉਸਦੀ ਬਲਾ ਟਲ ਗਈ, ਬਿਪਤਾ ਟਲ ਗਈ, ਉਸਦੀ ਗੁਲਾਮੀ ਕੱਟੀ ਗਈ, ਉਸਦੇ ਦੁੱਖ ਕੱਟੇ ਗਏ। ਬਕਾਇਦਾ ਸ਼ਰਤ ਇਹ ਹੈ ਵੀ ਪੂਰੇ ਗੁਰੂ ਦੇ ਲੜ ਲੱਗ ਜਾਵੇ। ਗੁਰੂ ਗ੍ਰੰਥ ਸਾਹਿਬ ਦੇ, ਗੁਰੂ ਨਾਨਕ ਨਿਰੰਕਾਰੀ ਦੇ ਲੜ ਲੱਗ ਜਾਵੇ। ਬਾਣੀ ਦਾ ਫੁਰਮਾਨ ਹੈ, ਇੱਥੇ ਇਕੱਲੇ ਮਨ ਦੇ ਕਲੇਸ਼ ਨਾ ਸਮਝਿਓ ਵੀ ਬਾਣੀ ਮਨ ਦੇ ਕਲੇਸ਼ ਕੱਟਦੀ ਹੈ, ਤਨ ਦੇ ਨਹੀਂ। ਮਨ ਦੀ ਗੁਲਾਮੀ ਜੋ ਵਿਕਾਰ ਕਰਦੇ ਨੇ, ਵਿਕਾਰਾਂ ਦੇ ਸੰਗਲ ਕੱਟਦੀ ਹੈ, ਤਨ ਦੀ ਗੁਲਾਮੀ ਨਹੀਂ ਕੱਟਦੀ। ਮਨ ਦੀ ਬਿਪਤਾ ਖਤਮ ਕਰਦੀ ਹੈ, ਤਨ ਦੀ ਬਿਪਤਾ ਵਿਘਨ ਖਤਮ ਨਹੀਂ ਕਰਦੀ। ਇਹ ਸਭ ਤੋਂ ਵੱਡਾ ਭੁਲੇਖਾ ਪਾਇਆ ਜਾਂਦਾ ਹੈ ਵੀ ਬਾਣੀ ਸ਼ਾਇਦ ਇਕੱਲੇ ਮਨ ਦੇ ਬੰਧਨ ਤੋੜਦੀ ਹੈ, ਸਥੂਲ ਦੁਨੀਆਂ 'ਚ ਇਹਦਾ ਅਸਰ ਨਹੀਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਮਨ ਤਨ ਕੀ ਸਭ ਮਿਟੈ ਬੁਲਾਏ। ਜਿੰਨੇ ਵੀ ਮਨ ਨੂੰ ਵਿਘਨ ਨੇ, ਮਨ ਨੂੰ ਜਿਹੜੀ ਬਿਪਤਾ ਹੈ, ਮਨ ਨੂੰ ਬੜੇ ਰੋਗ ਨੇ, ਕਿਸੇ ਨੂੰ ਚਿੰਤਾ ਸਤਾਉਂਦੀ ਹੈ, ਕਿਸੇ ਨੂੰ ਈਰਖਾ ਹੈ, ਕਿਸੇ ਨੂੰ ਲੋਭ ਹੈ, ਕਿਸੇ ਨੂੰ ਕੋਈ ਕਾਮਨਾ ਹੈ, ਕਿਸੇ ਨੂੰ ਆਸਾ ਮਨਸਾ ਹੈ, ਮਨ ਨੂੰ ਰੋਗ ਬੜੇ ਨੇ। ਡਿਪਰੈਸ਼ਨ ਦੀ ਦਵਾਈ ਵੀ ਲੋਕ ਖਾਂਦੇ ਨੇ ਕਿਉਂਕਿ ਮਨ ਰੋਗੀ ਹੈ। ਆ ਦਵਾਈ ਨਾ ਮਨ ਦਾ ਇਲਾਜ ਹੋਵੇ ਜਾਂ ਨਾ ਹੋਵੇ, ਪਰ ਗੁਰਬਾਣੀ ਜ਼ਰੂਰ ਕਰ ਦਿੰਦੀ ਹੈ।
ਜੇ ਦਵਾਈ ਨਾਲ ਡਿਪਰੈਸ਼ਨ ਦਾ ਇਲਾਜ ਚਿੰਤਾਵਾਂ ਮੁੱਕਦੀਆਂ ਹੁੰਦੀਆਂ, ਤੇ ਸਭ ਤੋਂ ਵੱਧ ਡਿਪਰੈਸ਼ਨ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਵਿੱਚ ਹੈ ਜਿੱਥੋਂ ਦੀ ਡਾਕਟਰੀ ਸਾਡੇ ਨਾਲੋਂ ਕਈ ਗੁਣਾ ਅੱਗੇ ਹੈ। ਪਰ ਬੰਦਗੀ ਕਰਨ ਵਾਲਾ ਚਰਖੜੀ ਤੇ ਵੀ ਚੜਿਆ ਹੋਵੇ ਤੇ ਚਿੰਤਾ ਕੋਈ ਨਹੀਂ ਹੈ। ਬਾਣੀ ਪੜਨ ਵਾਲੇ ਦਾ ਖੋਪੜ ਲੈਂਦਾ ਹੋਵੇ ਤੇ ਡਿਪਰੈਸ਼ਨ ਕੋਈ ਨਹੀਂ ਹੈ। ਬਾਣੀ ਪੜਨ ਵਾਲਾ ਲੱਖਾਂ ਦੇ ਸਾਵੇਂ ਖਲੋਤਾ ਹੋਵੇ ਨੰਗੀਆਂ ਤਲਵਾਰਾਂ ਦੀ ਛਾਂ ਹੇਠ, ਜਕਾਰੇ ਛੱਡਦਾ ਅਗਾਂਹ ਹੀ ਵਧੇਗਾ, ਇਹਨੂੰ ਟੈਨਸ਼ਨ ਕੋਈ ਨਹੀਂ ਹੈ। ਤੇ ਦਵਾਈਆਂ ਖਾ ਕੇ ਕਦੇ ਖੋਪੜ ਨਹੀਂ ਲੈਂਦੇ। ਦਵਾਈਆਂ ਖਾ ਕੇ ਜੇ ਆਖੋ ਚਿੰਤਾ ਮੁੱਕਦੀ ਹੈ ਤੇ ਨੰਗੀਆਂ ਤਲਵਾਰਾਂ ਤੇ ਕੋਈ ਨਹੀਂ ਨੱਚਦਾ। ਗੁਰੂ ਨਾਨਕ ਨਿਰੰਕਾਰੀ ਦੀ ਬਾਣੀ ਜਿੱਥੇ ਮਨ ਦੇ ਰੋਗਾਂ ਨੂੰ ਡਿਪਰੈਸ਼ਨ ਨੂੰ ਖਤਮ ਕਰਦੀ ਹੈ, ਮਨ ਤਨ ਕੀ ਸਭ ਮਿਟੈ ਬਲਾਏ, ਉੱਥੇ ਤਨ ਦੇ ਰੋਗ ਵੀ ਉਡਾ ਦਿੰਦੀ ਹੈ। ਜਦੋਂ ਡਾਕਟਰ ਬਾਹਾਂ ਖੜੀਆਂ ਕਰ ਦੇਣ ਵੀ ਸਾਡੇ ਵੱਸੋਂ ਤੇਰਾ ਰੋਗ ਬਾਹਰ ਹੈ, ਕਿਤੇ ਨਾਨਕ ਨਿਰੰਕਾਰੀ ਦੇ ਦਰ ਤੇ ਸੇਵਾ ਕਰੀ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਤੇਰੇ ਤਨ ਦੇ ਰੋਗ ਵੀ ਉਡਾ ਦੇਵੇਗਾ। ਡਾਕਟਰ ਤੇ ਆਪ ਕਈ ਵਾਰ ਤਰਲੇ ਲੈਂਦੇ ਨੇ ਵੀ ਹੁਣ ਦਵਾਈ ਨੇ ਕੰਮ ਨਹੀਂ ਕਰਨਾ, ਹੁਣ ਦੁਆ ਕੰਮ ਕਰੇਗੀ, ਹੁਣ ਤਰਲਾ ਕਰ ਲੈ, ਹੁਣ ਦਵਾਈ ਦਾ ਅਸਰ ਨਹੀਂ ਹੋਣਾ। ਕਈ ਰੋਗ ਐਸੇ ਨੇ ਜਿੱਥੇ ਦਵਾਈ ਫੇਲ ਹੋ ਜਾਂਦੀ ਹੈ। ਗੁਰੂ ਪਾਤਸ਼ਾਹ ਕਹਿੰਦੇ, ਗੁਰੂ ਐਸੀ ਤਾਕਤ ਹੈ ਮਨ ਅਤੇ ਤਨ ਦੇ ਬੰਧਨ ਕੱਟਦਾ ਹੈ। ਮਨ ਅਤੇ ਤਨ ਦੇ ਬੰਧਨ ਕੱਟਦਾ ਹੈ। ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ, ਦੇਖ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਕਿਉਂ ਹੋਈਆਂ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਸਾਡੇ ਬੰਧਨ ਕੱਟਦਾ ਹੈ, ਤੇ ਬੰਧਨ ਕੱਟਣ ਦੇ ਲਈ ਮੁਗਲੀਆ ਸਲਤਨਤ ਨਾਲ ਗੁਰੂ ਨੇ ਮੱਥਾ ਲਾਇਆ। ਤੇ ਜਦੋਂ ਕਿਸੇ ਵੱਡੇ ਸਮੁੰਦਰ ਨੂੰ ਡੱਕਣਾ ਹੋਵੇ ਨਾ, ਬੜੇ ਬੜੇ ਪੱਥਰਾਂ ਦੇ ਬੰਨ ਲਾਉਣੇ ਪੈਂਦੇ ਨੇ, ਤੇ ਸਮੁੰਦਰ ਵਿੱਚ ਵੀ ਦਰਿਆ ਵਿੱਚ ਵੀ ਬਰਕਤਾਂ ਹੁੰਦੀਆਂ ਨੇ, ਬੰਨ ਕਈ ਵਾਰ ਟੁੱਟ ਵੀ ਜਾਂਦੇ ਨੇ। ਭਾਰਤ ਵਰਸ਼ ਦਾ ਹਾਕਮ ਹੈ, ਵੱਡਾ ਪਹਾੜ ਹੈ ਔਰੰਗਜ਼ੇਬ, ਇਹਦੇ ਨਾਲ ਟਕਰਾਉਣਾ ਹੈ, ਔਰ ਐਡੀ ਮਹਾਂਸ਼ਕਤੀ ਨਾਲ ਟਕਰਾਇਆ ਨੁਕਸਾਨ ਤੇ ਉਠਾਉਣਾ ਪੈਂਦਾ ਹੈ। ਲੱਖਾਂ ਕੁਰਬਾਨੀਆਂ ਸਿੱਖ ਜਗਤ ਵਿੱਚ ਹੋਈਆਂ, ਕਿਉਂਕਿ ਮੁਗਲੀਆ ਸਲਤਨਤ ਨਾਲ ਟਕਰਾਉਣਾ ਪਿਆ। ਪਰ ਅਖੀਰ ਦਰਿਆ ਨੂੰ ਕਾਬੂ ਕਰਨ ਵਿੱਚ ਖਾਲਸਾ ਕਾਮਯਾਬ ਹੋਇਆ। ਕਿਤੇ 700-800 ਸਾਲ ਪੁਰਾਣਾ ਰਾਜ ਮੁਗਲੀਆ ਸਲਤਨਤ ਦਾ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਨੇ ਪੁੱਟ ਕੇ ਮਲੀਆ ਮੇਟ ਕੀਤਾ। ਆ ਮੀਡੀਆ ਵਾਲੇ ਵੀਰਾਂ ਨੂੰ ਬੇਨਤੀ ਹੈ ਵੀ ਜਦੋਂ ਤੁਸੀਂ ਇੱਦਾਂ ਯਾਤਰਾ ਕਰਦੇ ਜੇ ਤੇ ਧਿਆਨ ਭੰਗ ਹੁੰਦਾ, ਬਹਿ ਜਾਓ ਟੇਕੇ ਬਹਿ ਜਾਓ। ਗੁਰੂ ਪਾਤਸ਼ਾਹ ਪਹਿਲੂ ਬਾਬੂ ਜੀ ਬਹਿ ਜਾਓ। ਗੁਰੂ ਪਾਤਸ਼ਾਹ ਤਨ ਅਤੇ ਮਨ ਦੇ ਰੋਗਾਂ ਨੂੰ ਨਿਜ਼ਾਕਤ ਦਵਾਉਂਦੇ ਨੇ। ਹੁਣ ਤਨ ਬੜੇ ਚਿਰ ਤੋਂ ਗੁਲਾਮ ਹੈ, ਸਦੀਆਂ ਤੋਂ ਪਠਾਣਾ ਮੁਗਲੀਆ ਸਲਤਨਤ ਦਾ ਗੁਲਾਮ ਹੈ। ਦੀਨ ਦੁਨੀਆ ਦੇ ਮਾਲਕ
ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਭਾਰਤ ਵਰਸ਼ ਦੀ ਇਨਸਾਨੀਅਤ ਦੀ ਗੁਲਾਮੀ ਨੂੰ ਕੱਟਣ ਦੇ ਲਈ ਸਰਬੰਸ ਵਾਰਿਆ ਹੈ। ਭਾਈ ਸਾਹਿਬ ਭਾਈ ਨੰਦ ਲਾਲ ਨੇ ਇੱਕ ਬਚਨ ਆਖਿਆ ਹੈ, ਚੂੰ ਰੇਸ਼ਤ ਆਬੇ ਹੈਵਾਂ ਅਜ਼, ਚੂੰ ਰੇਸ਼ਤ ਆਬੇ ਹੈਵਾਂ ਅਜ਼ ਦਾਹਾਂ ਆ ਗੁੰਚੇ ਖੰਚੇ ਮਨ। ਉਹ ਕਹਿੰਦਾ ਐ ਗੁਰੂ ਗੋਬਿੰਦ ਸਿੰਘ, ਐ ਕੁੱਲ ਕਾਇਨਾਤ ਦੇ ਮਾਲਕ ਗੁਰੂ ਗੋਬਿੰਦ ਸਿੰਘ, ਆਬੇ ਹੈਵਾਂ ਮੁਰਝਾਇਆ ਦੇ ਮੂੰਹ ਵਿੱਚ ਜਦੋਂ ਆਬੇ ਹਯਾਤ ਦੇ ਛਿੱਟੇ ਮਾਰੇ ਨਾ ਤੂੰ, ਜਿਹੜੀ ਸਦੀਆਂ ਤੋਂ ਕੌਮ ਗੁਲਾਮ ਸੀ, ਜਦੋਂ ਆਬੇ ਹਯਾਤ ਦੇ ਤੁਪਕੇ ਉਹਨਾਂ ਦੇ ਮੂੰਹ ਵਿੱਚ ਪਏ, ਜਦੋਂ ਅੰਮ੍ਰਿਤ ਦੀਆਂ ਬੂੰਦਾਂ ਦੇ ਛਿੱਟੇ ਉਹਨਾਂ ਗੁਲਾਮਾਂ ਦੇ ਮੂੰਹ ਵਿੱਚ ਪਏ, ਦਾਹਾਂ ਆ ਗੁੰਚੇ ਖੰਦੇ ਮਨ, ਮੁਰਝਾਏ ਹੋਏ ਮਨ ਗੁੰਚੇ ਖੰਦੇ, ਮੁਰਝਾਇਆ ਮਨ ਖਿੜੇ ਫੁੱਲ ਵਰਗਾ ਹੋ ਗਿਆ, ਗੁੰਚੇ ਖੰਦੇ ਖਿੜਿਆ ਫੁੱਲ। ਗੁਲਾਮ ਬੰਦੇ ਮੁਰਝਾਏ ਰਹਿੰਦੇ ਨੇ, ਚਿੰਤਾ ਵਿੱਚ ਰਹਿੰਦੇ ਨੇ, ਗੁਲਾਮੀ ਚੀਜ਼ ਐਸੀ ਹੈ। ਆਜ਼ਾਦ ਬੰਦਿਆਂ ਦੇ ਚਿਹਰੇ 'ਤੇ ਰੌਣਕ ਵੱਖਰੀ ਹੁੰਦੀ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਅਰਬੀ ਅਤੇ ਫਾਰਸੀ ਦੇ ਮਹਾਨ ਵਿਦਵਾਨ, ਅਰਬੀ ਫਾਰਸੀ ਦੇ ਆਲਮ ਦੇ ਮਹਾਨ ਧੁਰੰਧਰ ਵਿਦਵਾਨ ਕਹਿੰਦੇ, ਗੁਰੂ ਗੋਬਿੰਦ ਸਿੰਘ ਤੂੰ ਐਸੀਆਂ ਅੰਮ੍ਰਿਤ ਦੀਆਂ ਬੂੰਦਾਂ ਬਖਸ਼ੀਆਂ ਨੇ ਵੀ ਜਿਹਦੇ ਵੀ ਮੂੰਹ ਵਿੱਚ ਅਜ਼ਦਹਾਂ, ਦਹਿਨ ਮੂੰਹ ਨੂੰ ਕਹਿੰਦੇ ਨੇ, ਅਜ਼ਦਹਾਂ ਜਦੋਂ ਵੀ ਤੂੰ ਮੁਰਝਾਏ ਹੋਏ ਗੁਲਾਮ ਬੰਦੇ ਦੇ ਮੂੰਹ ਵਿੱਚ ਆਬੇ ਹਯਾਤ ਦੀਆਂ ਬੂੰਦਾਂ ਪਾਈਆਂ, ਤੇ ਕਿਸੇ ਨੇ ਪੁੱਛਿਆ ਕੀ ਹੋਇਆ, ਕਹਿੰਦੇ ਉਹ ਖਿੜੇ ਫੁੱਲ ਵਰਗਾ ਹੋ ਗਿਆ, ਗਿੱਦੜੋਂ ਸ਼ੇਰ ਬਣ ਗਿਆ, ਚਿੜੀਆਂ ਬਾਜ਼ ਨੂੰ ਮਰੋੜਨ ਲੱਗ ਪਈਆਂ, ਤੇਰੇ ਅੰਮ੍ਰਿਤ ਦੀ ਬਰਕਤ ਐਸੀ ਹੋਈ, ਤੇਰੇ ਅੰਮ੍ਰਿਤ ਵਿੱਚ ਬਰਕਤ ਐਸੀ ਸੀ। ਫਿਰ ਧਿਆਨ ਦਿਓ, ਚੂੰ ਰੇਜ਼ ਆਬੇ ਹੈ ਆ ਅਜ਼, ਉਹ ਗੁਰੂ ਗੋਬਿੰਦ ਸਿੰਘ ਕੁੱਲ ਕਾਇਨਾਤ ਦੇ ਮਾਲਕ, ਚੂੰ ਦਾ ਮਤਲਬ ਹੁੰਦਾ ਜਦ, ਜਦ ਗੁਰੂ ਗੋਬਿੰਦ ਸਿੰਘ ਰੇਜ਼ਦ ਤੇਰੇ ਹੱਥਾਂ ਚੋਂ ਟਪਕਦਾ ਹੋਇਆ ਆਬੇ ਹਯਾਤ ਕਿਸੇ ਦੇ ਮੂੰਹ ਵਿੱਚ ਪਿਆ, ਤੇ ਉਹ ਗਿੱਦੜੋਂ ਸ਼ੇਰ ਬਣ ਗਿਆ, ਉਹ ਮੁਰਝਾਏ ਫੁੱਲ ਤੋਂ ਖਿੜਿਆ ਹੋਇਆ ਫੁੱਲ ਬਣ ਗਿਆ, ਉਹ ਲੱਖਾਂ ਦੇ ਸਾਵੇਂ ਟਿਕਣ ਦੀਆਂ ਬਰਕਤਾਂ ਹਾਸਲ ਕਰ ਗਿਆ, ਪਰ ਜਿਹਨੇ ਤੇਰੇ ਤੋਂ ਖੰਡੇ ਦੀ ਪੌਲ ਲਈ ਹੈ। ਬੜੇ ਦੇਵੀ ਦੇਵਤੇ ਸਨ ਦੁਨੀਆਂ ਤੇ, ਪਹਿਲਾਂ ਨਹੀਂ ਭਾਰਤ ਦੀ ਗੁਲਾਮੀ ਕੱਟੀ ਕਿਸੇ ਨੇ, ਕਦੇ ਥੋੜੇ ਨੇ, 33 ਕਰੋੜ ਦੇਵਤਾ ਹੈ, 9 ਕਰੋੜ ਦੇਵੀਆਂ ਨੇ ਦੁਨੀਆਂ ਤੇ, ਬੇਅੰਤ ਰਹਿਬਰ ਪੈਗੰਬਰ ਮਹਾਂਪੁਰਸ਼ ਹੋਏ ਨੇ, ਤੇਰੇ ਅੰਮ੍ਰਿਤ ਦੇ ਛਿੱਟਿਆਂ ਨੇ ਗੁਲਾਮੀ ਕੱਟ ਦਿੱਤੀ। ਅੱਛਾ, ਮੁਸ਼ਕਲ ਇਹ ਬਣ ਗਈ, ਜਿਹੜਾ ਪੰਛੀ ਲੰਮਾ ਸਮਾਂ ਪਿੰਜਰੇ 'ਚ ਰਵੇ ਉਹਨੂੰ ਪਿੰਜਰੇ ਨਾਲ ਹੀ ਮੋਹ ਪੈ ਜਾਂਦਾ ਹੈ। ਨਵਾਂ ਨਵਾਂ ਤੋਤਾ ਰੱਖਿਆ ਹੋਵੇ ਨਾ ਕਿਸੇ ਪਿੰਜਰੇ 'ਚ, ਤੇ ਦੋਈ ਚੋਈ ਦਿਨੀ ਪਿੰਜਰਾ ਖੋਲ ਦਿਓ ਤੇ ਉਹ ਤੋਤਾ ਉੱਡੇਗਾ, ਯਤਨ ਕਰੇਗਾ, ਪਰ ਜੇ 6-7 ਮਹੀਨੇ ਤੋਤੇ ਨੂੰ ਪਿੰਜਰੇ ਵਿੱਚ ਕੈਦ ਰੱਖੋ, ਪਿੰਜਰਾ ਖੋਲਣ ਦਾ ਯਤਨ ਕਰੋ,
ਤੇ ਤੁਹਾਨੂੰ ਹੀ ਚੁੰਝਾ ਮਾਰੇਗਾ, ਉੱਡੇਗਾ ਨਹੀਂ, ਕਿਉਂਕਿ ਗੁਲਾਮੀ ਨਾਲ ਪਿੰਜਰੇ ਨਾਲ ਪ੍ਰੇਮ ਪੈ ਗਿਆ ਹੈ। ਸਦੀਆਂ ਤੋਂ ਭਾਰਤ ਵਰਸ਼ ਦੇ ਲੋਕ ਗੁਲਾਮ ਸਨ, ਕਲਗੀਧਰ ਪਾਤਸ਼ਾਹ ਪਿੰਜਰਾ ਖੋਲ ਕੇ ਆਜ਼ਾਦ ਕਰਵਾਉਣ ਲੱਗੇ ਤੇ ਬਾਈ ਧਾਰ ਦੇ ਰਾਜੇ ਗੁਰੂ ਨੂੰ ਹੀ ਚੁੰਝਾ ਮਾਰਨ ਲੱਗ ਪਏ, ਗੁਰੂ ਦੇ ਹੀ ਵੈਰੀ ਬਣ ਗਏ। ਸਦੀਆਂ ਤੋਂ ਗੁਲਾਮ ਸਨ, ਗੁਲਾਮੀ ਨਾਲ ਪ੍ਰੇਮ ਹੋ ਗਿਆ ਸੀ। ਅਖੀਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਨਾਲ ਲੈ ਕੇ ਭਾਰਤ ਵਰਸ਼ ਦੀ ਮੁਗਲੀਆ ਸਲਤਨਤ ਦਾ ਮੁਕਾਬਲਾ ਸ਼ੁਰੂ ਕੀਤਾ ਹੈ। ਕਹਿੰਦੇ ਪਿੰਜਰਾ ਤੇ ਤੋੜਾਂਗਾ, ਭਾਵੇਂ ਆਪਣੇ ਦਗਾ ਹੀ ਦੇ ਰਹੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਔਰੰਗਜ਼ੇਬ ਨਾਲ ਟਕਰਾਉਣਾ ਪਿਆ ਤੇ ਬਾਈ ਧਾਰ ਦੀਆਂ ਫੌਜਾਂ ਨੇ ਔਰੰਗਜ਼ੇਬ ਦੀਆਂ ਫੌਜਾਂ ਦੇ ਨਾਲ ਆਨੰਦਾਂ ਦੀ ਪੁਰੀ ਨੂੰ ਘੇਰਾ ਪਾ ਲਿਆ। ਜਦੋਂ ਆਨੰਦਪੁਰ ਨੂੰ ਘੇਰਾ ਪੈ ਗਿਆ, ਆਨੰਦਾਂ ਦੀ ਪੁਰੀ ਨੂੰ ਜਦੋਂ ਘੇਰਾ ਪੈ ਗਿਆ ਤੇ ਕਲਗੀਧਰ ਕੋਲ ਸੈਂਕੜਿਆਂ ਦੀ ਗਿਣਤੀ ਹੈ, ਕੁਝ ਸੌ ਸੌਆਂ ਦੇ ਵਿੱਚ ਗਿਣਤੀ ਹੈ, ਕੋਈ ਹਜ਼ਾਰ ਨਹੀਂ, ਕੋਈ ਲੱਖਾਂ ਨਹੀਂ। ਜਿਸ ਦਮ ਆਨੰਦਪੁਰ ਮੇ ਸਤਿਗੁਰ ਮੁਕੀਮ ਤੇ, ਫਾਰਸੀ ਅਰਬੀ ਦਾ ਮਹਾਨ ਵਿਦਵਾਨ ਅੱਲਾ ਯਾਰ ਖਾਂ ਲਿਖਦਾ ਹੈ, ਜਿਸ ਦਮ ਆਨੰਦਪੁਰ ਮੇ ਸਤਿਗੁਰ ਮੁਕੀਮ ਥੇ, ਹਮਗਾਹ ਘਰ ਕੇ ਲੋਗ ਥੇ ਔਰ ਕੁਛ ਨਦੀਮ ਥੇ। ਧਿਆਨ ਦਿਓ, ਜਿਸ ਦਮ ਆਨੰਦਪੁਰ ਮੇ ਸਤਿਗੁਰ ਮੁਕੀਮ ਥੇ, ਗੁਰੂ ਗੋਬਿੰਦ ਸਿੰਘ ਆਨੰਦਾਂ ਦੀ ਪੁਰੀ ਵਿੱਚ ਟਿਕੇ ਹੋਏ ਨੇ। ਹਮਗਾ ਘਰ ਕੇ ਲੋਗ ਥੇ ਔਰ ਕੁਛ ਨਦੀਮ ਥੇ। ਨਦੀਮ ਕਹਿੰਦੇ ਨੇ ਸੱਜਣਾਂ ਨੂੰ। ਗੁਰੂ ਗੋਬਿੰਦ ਸਿੰਘ ਆਨੰਦਪੁਰ ਵਿੱਚ ਟਿਕੇ ਸਨ ਤੇ ਕੁਝ ਸੱਜਣ ਮਿੱਤਰ ਭਾਵ ਕੇ ਸੇਵਕ। ਜਿਸ ਦਮ ਆਨੰਦਪੁਰ ਮੇ ਸਤਿਗੁਰ ਮੁਕੀਮ ਥੇ, ਹਮਗਾ ਘਰ ਕੇ ਲੋਗ ਥੇ ਔਰ ਕੁਛ ਨਦੀਮ ਥੇ। ਕਿਲੇ ਕੋ ਘੇਰੇ ਚਾਰੋਂ ਤਰਫ ਸੇ ਕਿਲੇ ਕੋ ਘੇਰੇ, ਲਾਖੋਂ ਗਨੀਮ ਥੇ। ਟੂਟੇ ਸੇ ਰਿਜ਼ਕ ਦਿਲ ਸਿੰਘੋ ਦੋ ਨੀਮ ਥੇ। ਰਿਜ਼ਕ ਤੋਂ ਟੁੱਟੇ ਹੋਏ ਮੁੱਠੀ ਭਰ ਸਿੰਘ, ਪੀਣ ਲਈ ਪਾਣੀ ਨਹੀਂ ਤੇ ਛਕਣ ਲਈ ਭੋਜਨ ਨਹੀਂ, ਕਿਉਂਕਿ ਮੁਗਲਾਂ ਨੇ, ਬਾਈ ਧਾਰ ਦੇ ਰਾਜਿਆਂ ਨੇ ਆਨੰਦਪੁਰ ਨੂੰ ਘੇਰ ਕੇ ਭੋਜਨ ਤੇ ਪਾਣੀ ਅੰਦਰ ਜਾਣਾ ਬੰਦ ਕਰ ਦਿੱਤਾ ਹੈ। ਹਾਰੇ ਫਿਰ ਵੀ ਨਹੀਂ। 1704 ਦੇ ਵਿੱਚ 1704 ਈਸਵੀ ਤੇ 1761 ਬਿਕਰਮੀ ਸੰਮਤ ਬਣਦਾ ਹੈ। ਪੁਈਆ ਗਰਮੀਆਂ ਦਾ ਸਮਾਂ ਹੈ, ਮਈ ਦਾ ਮਹੀਨਾ ਹੈ। ਇਸ ਮਹੀਨੇ ਆਨੰਦਾਂ ਦੀ ਪੁਰੀ ਨੂੰ ਘੇਰਾ ਪੈ ਗਿਆ ਤੇ ਤਕਰੀਬਨ 6-7 ਮਹੀਨੇ ਹੋ ਗਏ ਨੇ ਘੇਰੇ ਨੂੰ। ਬਾਣੇ ਦੇ ਧਾਰਨੀ ਸਿੰਘਾਂ ਨੇ ਗੁਜ਼ਾਰਾ ਕੀਤਾ, ਕਿਤੇ ਮੁੱਠੀ ਪਰ ਛੋਲੇ ਖਾਣ ਨੂੰ ਮਿਲੇ ਤੇ ਕਿਤੇ ਰੁੱਖਾਂ ਦੇ ਪੱਤੇ ਖਾਧੇ ਗਏ। ਭੁੱਖ ਦੇ ਨਾਲ ਘੋੜੇ ਵੀ ਹਾਲੋਂ ਬੇਹਾਲ ਹੋ ਕੇ ਮਰ ਗਏ। ਸਿੰਘਾਂ ਨੇ ਪੱਤੇ ਖਾ ਕੇ ਗੁਜ਼ਾਰਾ ਕੀਤਾ, ਰੁੱਖਾਂ ਦੀਆਂ ਖੱਲਾਂ ਲਾ ਕੇ ਪਾਣੀ 'ਚ ਉਬਾਲ ਕੇ ਉਹ ਜਲ ਛਕਿਆ
ਕਹਿੰਦੇ ਜੀ ਸਦਾ ਗੁਲਾਬ ਛਕਿਆ ਐਸੇ ਚੜ੍ਹਦੀ ਕਲਾ ਵਾਲੇ ਸਿੰਘ। ਇਸਲਾਮ ਜਗਤ ਦੇ ਵਿੱਚ ਮੁਗਲੀਆ ਸਲਤਨਤ ਦੇ ਜੋ ਲੋਕ ਨੇ ਇਹਨਾਂ ਸੋਚਿਆ ਵੀ ਇਹ ਹਾਰ ਮੰਨਦੇ ਨਹੀਂ, ਭੁੱਖੇ ਭਾਣੇ ਵੀ ਡਰਦੇ ਨਹੀਂ, ਕਪਟ ਕੀਤਾ ਜਾਵੇ, ਝੂਠੀਆਂ ਕਸਮਾਂ ਖਾਧੀਆਂ ਗਏ, ਕਿਸੇ ਨੇ ਗਊ ਦੀ ਖਾਧੀ ਤੇ ਕਿਸੇ ਨੇ ਕੁਰਾਨ ਦੀ ਖਾਧੀ। ਕਲਗੀਧਰ ਪਾਤਸ਼ਾਹ ਨੇ ਸਿੰਘਾਂ ਦੇ ਸਮੇਤ 6 ਪੋਹ ਦੀ ਰਾਤ 1761 ਬਿਕਰਮੀ ਸੰਮਤ 1704 ਈਸਵੀ ਨੂੰ, ਦਸੰਬਰ ਦਾ ਮਹੀਨਾ ਹੈ ਤੇ ਜੇ ਦੇਸੀ ਤਰੀਕ ਵੱਲ ਆਓ ਤੇ 6 ਪੋਹ ਦੀ ਰਾਤ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲ੍ਹਾ ਖਾਲੀ ਕਰ ਦਿੱਤਾ ਹੈ, ਆਨੰਦਾਂ ਦੀ ਪੁਰੀ ਛੱਡ ਦਿੱਤੀ। ਕਿਲ੍ਹਾ ਖਾਲੀ ਕਰਵਾ ਕੇ ਫਿਰ ਬਚਨ ਤੋਂ ਦੌੜੇ ਮੁਗਲ ਤੇ 22 ਧਾਰ ਦੇ ਰਾਜੇ ਕਸਮਾਂ ਤੋੜ ਕੇ ਫਿਰ ਗੁਰੂ ਦੇ ਪਿੱਛੇ ਪੈ ਗਏ। ਬਦਬਖਤੋਂ ਨੇ ਜੋ ਵਾਅਦਾ ਕੀਆ ਬਿਸਰ ਗਏ। ਅੱਲਾ ਯਾਰ ਖਾਂ ਮੁਸਲਮਾਨ ਵੀਰ ਲਿਖਦਾ ਹੈ, ਕਹਿੰਦਾ ਸੱਚ ਨੂੰ ਸੱਚ ਲਿਖਾਂਗਾ ਭਾਵੇਂ ਮੇਰੇ ਵਾਂਗੂ ਕਹਿੰਦਾ ਮੁਗਲ ਵੀ ਮੁਸਲਮਾਨ ਸਨ। ਗੁਰੂ ਨੇ ਤੇ ਕਹਿੰਦਾ ਇਹਨਾਂ ਦੇ ਧਰਮ ਤੇ ਭਰੋਸਾ ਕੀਤਾ ਵੀ ਚਲੋ ਕੁਰਾਨ ਇੱਕ ਧਾਰਮਿਕ ਗ੍ਰੰਥ ਹੈ, ਭਰੋਸਾ ਕਰਨਾ ਚਾਹੀਦਾ ਹੈ। ਗਊ ਨੂੰ ਬੜਾ ਅਦਬ ਦਿੰਦੇ ਨੇ ਭਾਰਤ ਵਰਸ਼ ਦੇ ਹਿੰਦੂ ਵੀਰ, ਜੇ ਕਸਮ ਖਾਧੀ ਹੈ ਭਰੋਸਾ ਕਰ ਲੈਣਾ ਚਾਹੀਦਾ ਹੈ, ਇੱਕ ਦੂਜੇ ਦੇ ਧਰਮ ਦਾ ਅਦਬ ਸਤਿਕਾਰ ਕਰਨਾ ਚਾਹੀਦਾ ਹੈ। ਬਦਬਖਤੋਂ ਨੇ ਜੋ ਵਾਅਦਾ ਕੀਆ ਬਿਸਰ ਗਏ, ਨਾ ਮਰਦ ਕੌਲ ਕਰਕੇ ਜ਼ੁਬਾਂ ਸੇ ਮੁਕਰ ਗਏ, ਗੋਬਿੰਦ ਸਿੰਘ ਕੇ ਸ਼ੇਰ ਵੀ ਫੌਰਨ ਬਿਫਰ ਗਏ, ਤਲਵਾਰੇ ਸੂਤ ਸੂਤ ਕਰ ਰਨ ਮੇ ਉਤਰ ਗਏ। ਕਸਮਾਂ ਤੋੜ ਦਿੱਤੀਆਂ ਗਈਆਂ, ਵਾਅਦੇ ਤੋੜ ਦਿੱਤੇ ਗਏ। ਜ਼ਫਰਨਾਮੇ ਦੇ ਬੋਲ ਨੇ ਕਲਗੀਧਰ ਪਾਤਸ਼ਾਹ ਨੇ ਆਖਿਆ ਸੀ ਮਰਾ ਏਤ ਬਾਰੇ ਬਰੀ ਕਸਮ ਨੇਸਤ, ਮਰਾ ਏਤ ਬਾਰੇ ਬਰੀ ਕਸਮ ਨੇਸਤ ਕੇ ਏਜ਼ਦ ਗਵਾਹਸਤ ਯਸਦਾ ਯਕੇਸਤ। ਕਹਿੰਦੇ ਔਰੰਗਜ਼ੇਬ ਤੇਰੀ ਕਸਮ ਤੇ ਮੈਨੂੰ ਇਤਬਾਰ ਨਹੀਂ ਸੀ, ਮੈਨੂੰ ਪਤਾ ਸੀ ਤੂੰ ਬੰਦਾ ਥੋੜੀ, ਤੂੰ ਤੇ ਲੂੰਬੜ ਹੈ, ਤੂੰ ਧੋਖੇਬਾਜ ਹੈ, ਤੇ ਜੇ ਤੁਹਾਡੇ ਵਰਗਾ ਕੋਈ ਤਰਕ ਕਰ ਦੇਵੇ ਵੀ ਜੇ ਪਤਾ ਸੀ ਠੱਗੀ ਮਾਰੇਗਾ ਧੋਖਾ ਕਰੇਗਾ ਤੇ ਕਿਲ੍ਹਾ ਛੱਡ ਕੇ ਨੁਕਸਾਨ ਕਿਉਂ ਕਰਾਇਆ ਹੈ, ਰੱਬ ਦਾ ਵਾਸਤਾ ਹੀ ਇਹ ਗਲਤੀ ਕਦੇ ਨਾ ਕਰੀ ਵੀ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਵਰਗਾ ਮਾਮੂਲੀ ਬੰਦਾ ਸਮਝ ਲਵੇਂ ਤੂੰ, ਤੁਹਾਡੇ ਮੇਰੇ ਵਰਗੇ ਛੰਮ ਦੇ ਲਫਾਫੇ ਤੇ ਧੋਖਾ ਖਾ ਸਕਦੇ ਨੇ, ਰੱਬ ਠੱਗਿਆ ਨਹੀਂ ਜੇ ਜਾਂਦਾ, ਗੁਰੂ ਗੋਬਿੰਦ ਸਿੰਘ ਠੱਗਿਆ ਨਹੀਂ ਜੇ ਜਾਂਦਾ, ਗੁਰੂ ਅਰਜਨ ਨੂੰ ਠੱਗਿਆ ਨਹੀਂ ਜਾ ਸਕਦਾ, ਗੁਰੂ ਨਾਨਕ ਠੱਗੀ ਨਹੀਂ ਖਾਂਦਾ, ਰੱਬ ਧੋਖਾ ਨਹੀਂ ਖਾਂਦਾ। ਕਿਉਂ ਬੰਦਾ ਇਸ ਲਈ ਠੱਗਿਆ ਜਾਂਦਾ ਕਿਉਂਕਿ ਬੰਦੇ ਨਾਲ ਜਦੋਂ ਧੋਖਾ ਹੁੰਦਾ ਹੈ ਬੰਦਾ ਅਗਲੇ ਦੇ ਮਨ ਦੀ ਬੁੱਝ ਨਹੀਂ ਸਕਦਾ, ਪਰ ਮੇਰਾ ਗੁਰੂ ਗੋਬਿੰਦ ਸਿੰਘ ਬਿਨ ਬੋਲਿਆ ਸਭ ਕੁਛ ਜਾਣਦਾ ਹੈ, ਸ਼ਬਦ ਗੁਰੂ ਨੇ ਕਿਹਾ ਹੈ। ਅੱਛਾ ਜੇ ਬਿਨ ਬੋਲਣ ਤੋਂ ਸਭ ਕੁਝ ਜਾਣਦਾ ਹੈ ਤੇ ਉਹ ਆਮ ਆਦਮੀ ਕਿਵੇਂ ਹੈ, ਤੁਹਾਡੇ ਮੇਰੇ ਵਰਗਾ ਕਿਵੇਂ ਹੋਇਆ ਉਹ।
ਉਹ ਕੁੱਲ ਕਾਇਨਾਤ ਦਾ ਖਸਮ ਹੈ, ਇਹ ਸ਼ਬਦ ਗੁਰੂ ਕਹਿ ਰਿਹਾ ਹੈ। ਹੋਰੋਂ ਨਹੀਂ, ਕਹਾਣੀਆਂ ਬਣਾ ਲਈਆਂ ਬਾਹਰੋਂ ਆਪਾਂ, ਬਿਨ ਬੋਲਿਆ ਸਭ ਕੁਛ ਜਾਣਦਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਅੰਤਰਜਾਮੀ ਹੈ। ਉਹ ਦੀਨ ਦੁਨੀਆਂ ਦੇ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਮੈਨੂੰ ਭਰੋਸਾ ਥੋੜੀ ਸੀ ਤੇਰੀ ਕਸਮ ਤੇ, ਮਰਾ ਏਤਬਾਰੇ ਬਰੀ ਕਸਮ ਨੇਸਤ, ਨਹੀਂ ਭਰੋਸਾ। ਰੱਬ ਇਸ ਗੱਲ ਦੀ ਗਵਾਹੀ ਭਰੇਗਾ ਵੀ ਮੈਨੂੰ ਤੇਰੀ ਕਸਮ ਤੇ ਭਰੋਸਾ ਨਹੀਂ ਸੀ ਕਿ ਇਜ਼ਦ ਗਵਾਹਸਤ ਯਸਦਾ ਯਕੇਸਤ। ਰੱਬ ਗਵਾਹੀ ਭਰ ਸਕਦਾ ਹੈ, ਉਹ ਜਾਣਦਾ ਹੈ ਵੀ ਮੈਂ ਤੇਰੀ ਕਰਤੂਤ ਤੋਂ ਔਰੰਗਜ਼ੇਬ ਜਾਣੂ ਸੀ, ਨਾ ਕਤਰਾ ਮਰਾ ਏਤਬਾਰੇ ਬਰੋਸਤ, ਨਾ ਕਤਰਾ ਮਰਾ ਏਤਬਾਰੇ ਬਰੋਸਤ ਕੇ ਬਖਸ਼ੀ ਵਾ ਦੀਵਾ ਹਮਾ ਕਿਸਬ ਗੋਸ਼ਤ। ਤੇਰੇ ਤੇ ਭਰੋਸਾ ਨਹੀਂ ਸੀ, ਤੇਰੇ ਜਰਨੈਲਾਂ ਸਿਪਾਹੀਆਂ ਤੇ ਵੀ ਭਰੋਸਾ ਨਹੀਂ ਸੀ ਮੈਨੂੰ, ਝੂਠੇ ਸਨ ਸਾਰੇ। ਤੇ ਕਿਸੇ ਨੇ ਆਖਿਆ ਪਾਤਸ਼ਾਹ ਜੇ ਭਰੋਸਾ ਨਹੀਂ ਸੀ ਤੇ ਕਿਲਾ ਕਿਉਂ ਛੱਡ ਦਿੱਤਾ? ਕਹਿੰਦੇ ਦੇਖ ਕਸੇ ਕੌਲੇ ਕੂਰਾਂ ਕੁਨਦ ਏਤਬਾਰ ਹਮਾ ਰੋਜ਼ ਆਖਿਰ ਸ਼ਬਦ ਮਰਦ ਖਾਰ। ਮੈਂ ਕੁਰਾਨ ਦੀ ਕਸਮ ਤੇ ਭਰੋਸਾ ਇਸ ਲਈ ਕੀਤਾ ਕਿਉਂਕਿ ਇਸਲਾਮ ਜਗਤ ਦਾ ਧਾਰਮਿਕ ਗ੍ਰੰਥ ਹੈ। ਜੇ ਮੈਂ ਅੱਜ ਭਰੋਸਾ ਨਾ ਕੀਤਾ ਤੇ ਆਉਣ ਵਾਲੇ ਸਮੇਂ ਵਿੱਚ ਦੁਨੀਆਂ ਨੂੰ ਕੁਰਾਨ ਤੇ ਭਰੋਸਾ ਨਹੀਂ ਰਹਿਣਾ। ਇਹਨਾਂ ਅਦਬ ਦੂਜੇ ਧਰਮਾਂ ਦਾ ਸਿੱਖੀ ਦੇ ਵਿੱਚ, ਹਾਂ ਪਖੰਡ ਦਾ ਖੰਡਨ ਹੈ। ਜੇ ਕੋਈ ਆਖੇ ਨਾ ਸਿੱਖ ਧਰਮ ਹਿੰਦੂ ਧਰਮ ਦੇ ਉਲਟ ਹੈ, ਇਸਲਾਮ ਧਰਮ ਦੇ ਉਲਟ ਹੈ, ਤੇ 101% ਝੂਠ ਹੈ। ਸਿੱਖ ਧਰਮ ਪਾਖੰਡ ਦੇ ਉਲਟ ਹੈ, ਧਰਮ ਦੇ ਨਹੀਂ। ਹਰ ਧਰਮ ਦੇ ਵਿੱਚ ਚੰਗੇ ਤੇ ਮੰਦੇ ਜੀਵ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਦੇਖ ਮੈਂ ਖੁਆਰ ਇਸ ਲਈ ਹੋਇਆ, ਖਰਾਬ ਇਸ ਲਈ ਹੋਇਆ, ਪਰਿਵਾਰ ਸ਼ਹੀਦ ਇਸ ਲਈ ਕਰਵਾ ਲਿਆ ਕਿਉਂਕਿ ਮੈਂ ਕੁਰਾਨ ਦੀ ਕਸਮ ਤੇ ਭਰੋਸਾ ਰੱਖਿਆ ਵੀ ਔਰੰਗਜ਼ੇਬ ਭਾਵੇਂ ਇਹਦੇ ਅੰਦਰ ਕਪਟ ਹੈ, ਸ਼ਾਇਦ ਇਹਨੂੰ ਆਪਣੀ ਕੁਰਾਨ ਤੇ ਭਰੋਸਾ ਬਣ ਜਾਵੇ, ਆ ਜਾਵੇ। ਪਰ ਕਹਿੰਦੇ ਨਹੀਂ, ਮੈਨੂੰ ਪਤਾ ਸੀ ਤੇਰੀ ਕਰਤੂਤ ਦਾ, ਔਰੰਗਜ਼ੇਬ ਪਤਾ ਸੀ ਮੈਨੂੰ। ਇੱਕ ਗੱਲ ਭਗਤ ਫਰੀਦ ਜੀ ਨੇ ਆਖੀ ਹੈ, ਕਹਿੰਦੇ ਦੇਖ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਇਹੀ ਬੋਲ ਮਿਲ ਪੈਣਗੇ ਤੁਹਾਨੂੰ, ਭਾਸ਼ਾ ਹੋਰ ਹੋਵੇਗੀ। ਦਸਮ ਬਾਣੀ ਵਿਸਥਾਰ ਹੈ, ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ। ਜੇ ਕਿਸੇ ਨੂੰ ਕੋਈ ਤੰਗੀ ਹੋਵੇ ਨਾ ਵੀ ਇਹ ਮਹਾਰਾਜ ਦੀ ਬਾਣੀ ਨਹੀਂ, ਤੇ ਉਹ ਆ ਕੇ ਦੱਸ ਸਕਦਾ ਹੈ। ਜੋ ਤੁਸੀਂ ਦਸਮ ਬਾਣੀ ਚੋਂ ਕੱਢੋਗੇ ਉਹ ਪਹਿਲਾਂ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਪਿਆ ਹੈ, ਤੇ ਪੁੱਛੇ ਉਹ ਜਿਹਨੂੰ ਗੁਰੂ ਗ੍ਰੰਥ ਸਾਹਿਬ ਦਾ ਕੋਈ ਗਿਆਨ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਕਿਆ ਉਜੂ ਪਾਕ ਕੀਆ, ਕਿਆ ਉਜੂ ਪਾਕ ਕੀਆ ਮੂੰਹ ਧੋਇਆ, ਕਿਆ ਮਸੀਤ ਸਿਰ ਲਾਇਆ। ਲੱਖ ਤੂੰ ਨਿਵਾਜਾਂ ਪੜ ਲੈ, ਉਜੂ ਕੀ ਹੁੰਦਾ? ਪੰਜ ਸ਼ਨਾਨਾ। ਮੁਸਲਮਾਨ ਵੀਰ ਨਮਾਜ਼ ਪੜ੍ਹਨ ਲੱਗੇ ਪੰਜ ਸ਼ਨਾਨਾ ਕਰਦੇ ਨੇ, ਮੂੰਹ ਮਾਂ ਧੋ ਲੈਂਦੇ ਨੇ, ਨਹਾਉਣ ਵਾਲੇ ਨਹਾ ਲੈਂਦੇ ਨੇ। ਅੱਛਾ, ਮੂੰਹ ਹੱਥ ਧੋ ਕੇ ਨਾ ਉਹ ਨਮਾਜ਼ ਪੜ੍ਹਦੇ ਨੇ, ਪੰਜ ਵਕਤ ਦੀ, ਪੰਜਾਂ ਨਮਾਜ਼ਾਂ ਦੀ ਇਹੀ ਮਰਿਆਦਾ ਹੈ, ਮੂੰਹ ਹੱਥ ਧੋ ਕੇ ਪੜ੍ਹ ਲੈਂਦੇ ਨੇ। ਫਰੀਦ ਜੀ ਕਹਿੰਦੇ ਮੂੰਹ ਮਾਂ ਵੀ ਰਗੜ ਕੇ ਧੋ ਲਿਆ ਤੂੰ,
ਨਮਾਜ਼ ਵੀ ਤੂੰ ਚੌਂਕੜਾ ਲਾ ਕੇ ਬੜੀ ਪੜ੍ਹਦਾ ਹੈ, ਚੌਂਕੜਾ ਵੀ ਤੂੰ ਬੜਾ ਲਾ ਲਿਆ, ਜੋ ਦਿਲ ਮਹਿ ਕਪਟ ਨਿਵਾਜ ਗੁਜ਼ਰ ਹੋ ਕਿਆ ਹਜ ਕਾ ਬਹਿ ਜਾਇਆ। ਛੱਡ, ਨਮਾਜ਼ ਤੇ ਪੜ੍ਹਦਾ ਹੀ ਹੈ, ਹਾਜੀ ਵੀ ਬਣ ਗਿਆ ਹੈ, ਕਾਬੇ ਤੇ ਹੱਜ ਵੀ ਕਰ ਰਹੇ ਹਾਂ, ਹਾਜੀ ਬੜਾ। ਜਿਵੇਂ ਸਿੱਖ ਜਗਤ ਅੰਦਰ ਸਾਧੂ ਸੰਤ ਦਾ ਰਹਿਤਵਾਨ ਗੁਰਮੁਖ ਦਾ ਸਤਿਕਾਰ ਹੈ, ਉਹ ਹਾਜੀਆਂ ਦਾ ਸਤਿਕਾਰ ਹੈ ਇਸਲਾਮ ਜਗਤ ਅੰਦਰ। ਕਹਿੰਦੇ ਦੇਖ, ਤੂੰ ਹੱਜ ਵੀ ਗੁਜ਼ਾਰ ਲਿਆ, ਕਾਬੇ ਦੇ ਦਿਦਾਰੇ ਵੀ ਕਰ ਲਏ, ਹਾਜੀ ਵੀ ਬਣ ਗਿਆ, ਨਮਾਜ਼ ਵੀ ਬੜੀ ਪੜ੍ਹਦਾ ਹੈ, ਪਰ ਤੇਰੇ ਅੰਦਰ ਠੱਗੀ ਹੈ, ਝੂਠ ਹੈ, ਛਲ ਹੈ, ਕਪਟ ਹੈ। ਤੇਰੀ ਨਮਾਜ਼ ਪੜ੍ਹੀ, ਤੇਰੀ ਬਾਣੀ ਪੜ੍ਹੀ, ਤੇਰਾ ਰੱਬ ਰੱਬ ਕੀਤਾ, ਉਹਦੇ ਦਰ ਤੇ ਪ੍ਰਵਾਨ ਨਹੀਂ ਆਉਣਾ। ਕੂੜ ਬੰਦਾ, ਝੂਠਾ ਬੰਦਾ, ਕਪਟੀ ਬੰਦਾ, ਠੱਗ ਬੰਦਾ ਜਿੰਨੀ ਮਰਜ਼ੀ ਬਾਣੀ ਪੜ੍ਹ ਲਵੇ, ਉਹ ਲੇਖੇ 'ਚ ਨਹੀਂ ਪੈਂਦੀ। ਇਹ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ। ਔਰੰਗਜ਼ੇਬ ਕੁਰਾਨ ਹੱਥੀਂ ਲਿਖ ਲਿਖ ਵੰਡਦਾ ਹੈ, ਪੰਜ ਵਗਤ ਦਾ ਨਿਮਾਜ਼ੀ ਹੈ, ਰਹਿਬਰ ਬਣਿਆ ਫਿਰਦਾ ਹੈ ਇਸਲਾਮ ਜਗ ਦਾ। ਤੇਰੇ ਅੰਦਰ ਕਵਟ ਹੈ, ਠੱਗੀ ਹੈ, ਧੋਖਾ ਹੈ, ਤੇਰੀ ਨਮਾਜ਼ ਪੜ੍ਹੀ ਕੰਮ ਨਹੀਂ ਆਵੇਗੀ। ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਨਾ ਫਰੀਦ ਜੀ ਦੇ ਰਾਹੀਂ ਵੀ ਕਾਹਦੀ ਨਮਾਜ਼ ਗੁਜ਼ਾਰੀ ਹੈ, ਦਿਲ 'ਚ ਤੇ ਤੇਰੇ ਕਪਟ ਸੀ। ਤੇ ਗੁਰੂ ਗੋਬਿੰਦ ਸਿੰਘ ਕੀ ਕਹਿ ਰਹੇ ਨੇ, ਕੁੱਲ ਕਾਇਨਾਤ ਦੇ ਮਾਲਕ ਕਸ਼ੇ ਕੌਲੇ ਕੂਰਾਂ ਕੁਨਦ ਏਤਬਾਰ ਹਮਾ ਰੋਜ਼ ਆਖਿਰ ਸ਼ਬਦ ਮਰਦ ਖਾਰ। ਤੇਰੀ ਕੁਰਾਨ ਤੇ ਭਰੋਸਾ ਕਰਨ ਵਾਲਾ ਹਰ ਬੰਦਾ ਠੱਗਿਆ ਜਾਂਦਾ ਹੈ, ਕਿਉਂਕਿ ਤੂੰ ਲਿਬਾਸ ਧਰਮੀਆਂ ਵਾਲਾ ਪਾਇਆ ਹੈ, ਪਰ ਤੇਰੇ ਅੰਦਰ ਕਪਟ ਹੈ। ਤੇ ਮੈਂ ਲੋਕਾਂ ਨੂੰ ਦਰਸਾਉਣਾ ਸੀ ਵੀ ਜਿਹਨੂੰ ਭਾਰਤ ਵਰਸ਼ ਦਾ ਸੱਚਾ ਸੁੱਚਾ ਬਾਦਸ਼ਾਹ ਸਮਝਦੇ ਹੋਏ, ਤੇ ਕਪਟੀ ਹੈ ਤੇ ਲੂੰਬੜ ਹੈ ਬੰਦਾ ਥੋੜ੍ਹੀ ਹੈ। ਤੁਸੀਂ ਆਂਹਦੇ ਹੋ ਵੀ ਝਗੜਾ ਕੀ ਕਰਨਾ, ਆਨੰਦਪੁਰ ਮੰਗਦੇ ਨੇ, ਤੁਸੀਂ ਸਤਪੁਰਸ਼ ਹੋ ਤੇ ਸਾਧਾਂ ਨੂੰ ਜ਼ਮੀਨ ਦਾ ਲਾਲਚ ਨਹੀਂ ਹੁੰਦਾ, ਆਨੰਦਪੁਰ ਛੱਡ ਦਿਓ, ਝਗੜਾ ਟਲ ਜਾਵੇ। ਕਹਿੰਦੇ ਦੇਖੋ ਲੋਕੋ, ਮੈਂ ਝਗੜਾ ਟਾਲਣ ਲਈ ਆਨੰਦਪੁਰ ਛੱਡ ਦਿੱਤਾ, ਪਰ ਇਹ ਫਿਰ ਮੇਰੇ ਤੇ ਹਮਲਾ ਕਰ ਰਿਹਾ, ਇਹ ਕਪਟੀ ਬੰਦਾ ਹੈ, ਇਹ ਝੂਠਾ ਬੰਦਾ ਹੈ। ਮਰਾ ਏ ਤੁਮਾਰੇ ਬੋਰੀ ਕਸਮ ਨੇਸ਼, ਰੰਚਕ ਮਾਤਰ ਵੀ ਮੈਨੂੰ ਇਹਦੀ ਕਸਮ ਤੇ ਯਕੀਨ ਨਹੀਂ ਹੈ, ਧੋਖੇਬਾਜ ਬੰਦਾ ਹੈ, ਮੈਂ ਤੇ ਕੁਰਾਨ ਤੇ ਭਰੋਸਾ ਕਰ ਲਿਆ ਹੈ। ਕਿਸੇ ਦਾ ਧਾਰਮਿਕ ਗ੍ਰੰਥ ਹੈ, ਅਦਬ ਕਰਨਾ ਫਰਜ਼ ਹੈ ਸਾਡਾ। ਸਰਸਾ ਦੇ ਕੰਢੇ ਪਹੁੰਚ ਗਏ ਨੇ, ਪਿੱਛੋਂ ਦੁਸ਼ਮਣ ਹੈ, ਅਗਲੇ ਪਾਸੇ ਸਰਸਾ ਉਛਲ ਰਹੀ ਹੈ, ਤੇ ਪੋਹ ਦਾ ਮਹੀਨਾ, ਦਸੰਬਰ ਦਾ ਮਹੀਨਾ ਹੈ। ਤੁਸੀਂ ਵੇਖੋ ਨੰਗੇ ਪੈਰ ਪੱਥਰਾਂ ਤੋਂ ਸੀਤ ਚੜ੍ਹਦੀ ਹੈ, ਸਰਸਾ ਦੇ ਕੰਢੇ ਛੱਲਾਂ ਨੇ ਤੇ ਉੱਤੋਂ ਵਰਖਾ ਹੋ ਰਹੀ ਹੈ। ਇਤਿਹਾਸਕਾਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਦੇ ਬਾਲ ਪਰਿਵਾਰ ਨੂੰ ਚਾਰਾਂ ਪਾਸਿਆਂ ਤੋਂ ਘੇਰਾ, ਪਿੱਛੋਂ ਦੁਸ਼ਮਣ ਦਾ ਘੇਰਾ, ਅੱਗਿਓਂ ਸਰਸਾ ਨੇ ਘੇਰ ਲਿਆ ਹੈ, ਥੱਲੇ ਪੈਰਾਂ ਨੂੰ ਠੰਡੀ ਸੀਤ ਚੜ੍ਹਦੀ ਹੈ ਤੇ ਉੱਤੋਂ ਠੰਡੀ ਵਰਖਾ ਆਉਂਦੀ ਹੈ। ਚਾਰ ਦਿਸ਼ਾਵਾਂ ਤੋਂ ਘੇਰਾ ਪੈ ਗਿਆ ਹੈ। ਛੇ ਪੋਹ ਦੀ ਰਾਤ ਨੰਦਾਂ ਦੀ ਪੁਰੀ ਨੂੰ ਛੱਡਿਆ, ਕੀਰਤਪੁਰ ਸਾਹਿਬ ਵੱਡਿਆਂ ਦੇ ਸਥਾਨ ਤੇ ਨਮਸਕਾਰ ਕੀਤੀ, ਸਬਰ ਕਰਦਿਆਂ ਰਾਤ ਨੰਘੀ ਤੇ ਸਰਸਾ ਦੇ ਕੰਢੇ ਜਦੋਂ ਪਹੁੰਚੇ ਨੇ, ਤੜਕਾ ਹੋ ਗਿਆ, ਤੜਕਾ ਅੰਮ੍ਰਿਤ ਵੇਲਾ। ਤੇ ਗੁਰੂ ਗੋਬਿੰਦ ਸਿੰਘ ਕਹਿੰਦੇ, ਭਾਈ ਦਇਆ ਸਿੰਘ ਜੀ, ਆਸਾ ਦੀ ਵਾਰ ਦਾ ਨਿਤਨੇਮ ਦਾ ਸਮਾਂ ਹੋ ਗਿਆ ਹੈ,
ਤੇ ਭਾਈ ਦਇਆ ਸਿੰਘ ਆਖਣ ਲੱਗੇ, ਪਾਤਸ਼ਾਹ ਸਰਸਾ ਲੰਘ ਜਾਈਏ ਫਿਰ ਨਿਤਨੇਮ ਕਰ ਲਵਾਂਗੇ। ਦੁਸ਼ਮਣ ਪਿੱਛੋਂ ਚੜ੍ਹ ਕੇ ਆ ਰਿਹਾ। ਕਹਿੰਦੇ ਭਾਈ ਦਇਆ ਸਿੰਘਾ, ਨਹੀਂ, ਰੱਬ ਦੇ ਗੁਣ ਤੇ ਸਵਾਸਾਂ ਨਾਲ ਹੀ ਗਾਉਣੇ ਚਾਹੀਦੇ ਨੇ, ਪਰ ਇਹ ਦੋ ਖੁਰਾਕਾਂ ਬੜੀਆਂ ਜ਼ਰੂਰੀ ਨੇ, ਇੱਕ ਤੜਕੇ ਦੀ ਅਤੇ ਇੱਕ ਸੰਧਿਆ ਵੇਲੇ ਦੀ। ਇਹਦੇ 'ਚ ਨਾਗਾ ਪਾਉਣਾ, ਇਹਨੂੰ ਲੇਟ ਨਹੀਂ ਕੀਤਾ ਜਾ ਸਕਦਾ। ਜਿਹੜੇ ਕਹਿੰਦੇ ਨਾ ਨਿਤਨੇਮ ਜ਼ਰੂਰੀ ਨਹੀਂ, ਉਹ ਥੋੜ੍ਹਾ ਜਿਹਾ ਧਿਆਨ ਦਿਓ। ਜਿਹੜੇ ਕਹਿੰਦੇ ਵੀ ਲੈ ਫਿਰ ਕਿਹੜੀ ਗੱਲ, ਅੱਜ 9 ਵਜੇ ਕਰ ਲਵਾਂਗੇ, ਅੱਜ 11 ਵਜੇ ਕਰ ਲਵਾਂਗੇ। ਡਾਕਟਰ ਨੇ ਜਦੋਂ ਤੁਹਾਨੂੰ ਖੁਰਾਕਾਂ ਦਿੱਤੀਆਂ, ਉਹਨੇ ਕਹਿ ਦਿੱਤਾ ਵੀ ਇਹ ਸਵੇਰ ਦੀ ਹੈ, ਦੁਪਹਿਰ ਦੀ ਹੈ, ਰਾਤ ਦੀ ਹੈ, ਅਤੇ ਜੇ ਇੱਕੇ ਟਾਈਮ ਹੀ ਤਿੰਨੇ ਖੁਰਾਕਾਂ ਖਾ ਲਓ, ਡਾਕਟਰ ਕਹਿੰਦਾ ਉਹ ਗੱਲ ਨਹੀਂ ਬਣਦੀ, ਅਤੇ ਜੇ ਖੁਰਾਕ ਖਾਓ ਹੀ ਨਾ ਤਾਂ ਉਹ ਗੱਲ ਨਹੀਂ ਬਣਦੀ। ਦੇਖੋ ਡਾਕਟਰ ਨੂੰ ਪਤਾ ਹੈ ਭਾਵੇਂ ਦਵਾਈ ਦੇ ਵਿੱਚ ਤੱਤ ਉਹੀ ਹੋਣ, ਇੰਗਰੀਡੈਂਟਸ ਉਹੀ ਹੋਣ, ਸਵੇਰੇ ਜਿਹੜੀ ਦਵਾਈ ਖਾਣੀ ਰਾਤ ਨੂੰ ਖਾਣੀ, ਦੋਵਾਂ 'ਚ ਤੱਤ ਸਮਾਨ ਹੋਣ, ਫਿਰ ਵੀ ਡਾਕਟਰ ਕਹਿੰਦਾ ਨਹੀਂ, 2 ਗੋਲੀਆਂ ਸਵੇਰੇ ਅਤੇ ਇੱਕ ਸ਼ਾਮ ਨੂੰ। ਅਤੇ ਜਿਹੜਾ ਡਾਕਟਰ ਦੀ ਆਗਿਆ 'ਚ ਉਹਨੂੰ ਰਮਾਨ ਆ ਜਾਂਦਾ ਹੈ। ਗੁਰੂ ਪਾਤਸ਼ਾਹ ਨੇ ਦੋ ਖੁਰਾਕਾਂ ਪੱਕੀਆਂ ਦਿੱਤੀਆਂ ਨੇ ਸਵੇਰ ਅਤੇ ਸ਼ਾਮ ਦੀ, ਇਹਦੇ ਤੋਂ ਲਹਿਦਾ ਤੁਸੀਂ ਜਿਵੇਂ ਸਾਰੀ ਦਿਹਾੜੀ ਦੋ ਸਮੇਂ ਖੁਰਾਕ ਖਾ ਕੇ ਬੰਦਾ ਸਾਰੀ ਦਿਹਾੜੀ ਪਰਹੇਜ ਕਰਦਾ ਹੈ ਨਾ ਉੱਠੇ ਸਿੱਧੇ ਖਾਣੇ ਤੋਂ, ਮਹਾਰਾਜ ਕਹਿੰਦੇ ਸਾਰੀ ਦਿਹਾੜੀ ਵਿਕਾਰਾਂ ਤੋਂ ਪਰਹੇਜ ਕਰਨਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ। ਸਵੇਰੇ ਖੁਰਾਕ 5 ਬਾਣੀਆਂ ਦੀ, 5 ਗੋਲੀਆਂ ਲੈਣੀਆਂ ਨੇ, ਜਪ ਜਾਪ ਸਵਈਏ ਚੌਪੀ ਆਨੰਦ, ਫਿਰ ਸਾਰੀ ਦਿਹਾੜੀ ਪਰਹੇਜ ਕਰਨਾ ਹੈ ਵਿਕਾਰਾਂ ਤੋਂ, ਸਿਮਰਨ ਕਰਨਾ ਹੈ, ਬਾਣੀ ਪੜ੍ਹਨੀ ਹੈ, ਅਤੇ ਫਿਰ ਸੰਧਿਆ ਵੇਲੇ ਰਹਿਰਾਸ ਕੀਰਤਨ ਸੋਹਿਲਾ ਆਰਤੀ ਆਰਤੇ ਜਿੰਨੀ ਵੱਧ ਪੜ੍ਹ ਲਵੋ ਚੰਗੀ ਗੱਲ ਹੈ। ਇੱਕ ਮੈਨੂੰ ਕਹਿੰਦਾ ਵੀ ਉਹ ਜੇ ਇਕੱਲਾ ਜਪਜੀ ਸਾਹਿਬ ਕਰ ਲਈਏ ਤੇ ਜਾਂ 3 ਬਾਣੀਆਂ ਹੀ ਪੜ੍ਹ ਲਈਏ ਤੇ, ਮੈਂ ਹੈਰਾਨ, ਮੈਂ ਕਿਹਾ ਦੇਖ ਗੁਰੂ ਗ੍ਰੰਥ ਸਾਹਿਬ ਤੇ ਕਹਿੰਦੇ ਨੇ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਜਿਹੜੇ ਸਵਾਸਾਂ ਨਾਲ ਬਾਣੀ ਪੜ੍ਹਦੇ ਨੇ ਉਹਨਾਂ ਲਈ ਇੱਕ ਲਫ਼ਜ਼ ਆਇਆ ਧੰਨ, ਧੰਨ ਸੇਈ ਨਾਨਕਾ ਪੂਰਨ ਸੋਈ। ਸਾਡੇ ਲਈ ਧੰਨ ਨਹੀਂ ਆਇਆ ਜਿਹੜੇ 5 ਬਾਣੀਆਂ ਦੀ ਜਗ੍ਹਾ ਕਹਿੰਦੇ ਜਪਜੀ ਨਾ ਇਕੱਲੀ ਪੜ੍ਹ ਲਿਆ ਕਰੀਏ, ਜੈ ਜੈਕਾਰ ਉਹਦੀ ਹੈ, ਧੰਨ ਧੰਨ ਦੁਨੀਆਂ 'ਤੇ ਉਹਦੀ ਹੋਵੇਗੀ। ਫਿਰ ਧਿਆਨ ਦਿਓ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨਮੰਤ, ਜਿਹੜੇ ਸਵਾਸਾਂ ਨਾਲ ਬਾਣੀ ਪੜ੍ਹਦੇ ਨੇ। ਅਸੀਂ ਤਾਂ ਨਿਤਨੇਮ ਨਹੀਂ ਕਰ ਪਾਉਂਦੇ ਦੋ ਸਮੇਂ ਸਾਧੇ, ਉੱਥੋਂ ਹੀ ਅੱਕ ਜਾਂਦੇ ਨੇ, ਇੱਕ ਹੀ ਨਾ ਪੜ੍ਹ ਲਿਆ ਕਰੀਏ, ਜਪਜੀ ਸਾਹਿਬ ਹੀ ਨਾ ਕਰ ਲਿਆ ਕਰੀਏ। ਇਹਨੂੰ ਬੰਦਾ ਪੁੱਛੇ ਵੀ 5 ਪੜ੍ਹਿਆ ਕੋਈ ਪਾਪ ਲੱਗਦਾ ਹੈ, ਜੇ ਵੱਧ ਪੜ੍ਹ ਲਵੇਗਾ ਕੋਈ ਗੁਨਾਹ ਉਹ ਚੱਲਿਆ ਹੈ। ਸਿੱਧੀ ਜੀ ਗੱਲ ਹੈ, ਜਿੰਨਾ ਰੱਬ ਨੂੰ ਟਾਈਮ ਦੇਵੇਂਗਾ ਰੱਬ ਵੀ ਓਨਾ ਹੀ ਤੈਨੂੰ ਟਾਈਮ ਦੇਵੇਗਾ, ਅਤੇ ਜੇ ਤੇਰੇ ਕੋਲ ਰੱਬ ਕੋਲ ਖੁਦਾ ਦੇ ਲਈ ਉਹਦੀ ਇਬਾਦਤ ਲਈ ਤੇਰੇ ਕੋਲ ਸਮਾਂ ਨਹੀਂ, ਤੇ ਰੱਬ ਨੇ ਵੀ ਬੜੀ ਦੁਨੀਆਂ ਦੀ ਫਿਕਰ ਹੈ ਤੇਰੀ, ਉਹਨੂੰ ਵੀ ਕੋਈ ਲੋੜ ਨਹੀਂ ਹੈ। ਇਹ ਤੇ ਇੱਕ ਹੱਥ ਲੈਣਾ ਤੇ ਦੂਜੇ ਹੱਥ ਦੇਣੇ ਵਾਲੀ ਖੇਡ ਹੈ, ਜਿੰਨਾ ਯਾਦ ਕਰੇ। ਬਾਬਾ ਗੁਰਦਾਸ ਕਹਿੰਦਾ ਤੂੰ 1 ਕਦਮ ਚੱਲੇ ਤੇ ਤੇਰੇ ਵੱਲ ਗੁਰੂ 100 ਕਦਮ ਚੱਲ ਕੇ ਆਵੇਗਾ, ਤੇ ਜੇ ਤੂੰ ਕਦਮ ਹੀ ਨਾ ਪੁੱਟੇ ਤੂੰ ਆਪਣੇ ਘਰ ਤੇ ਗੁਰੂ ਤੇ ਫਿਰ ਹੈ ਹੀ ਹੈ ਕੁੱਲ ਕਾਇਨਾਤ ਦਾ ਮਾਲਕ, ਤੇਰਾ ਕਹਿੰਦੇ ਕੁਝ ਨਹੀਂ ਸਹੁਰੇਗਾ। ਫਿਰ ਬੜਾ ਜ਼ਰੂਰੀ ਹੈ, ਭਾਈ ਦਇਆ ਸਿੰਘ ਕਹਿੰਦੇ ਮੌਤ ਚੜ੍ਹ ਕੇ ਆ ਗਈ ਹੈ,
ਸਰਸਾ ਤੋਂ ਪਾਰ ਹੋ ਜਾਈਏ ਤੇ ਗੁਰੂ ਗੋਬਿੰਦ ਸਿੰਘ ਕੁੱਲ ਕਾਇਨਾਤ ਦੇ ਮਾਲਕ ਪਤਾ ਕੀ ਕਹਿ ਰਹੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਜਦੋਂ ਪਹੁੰਚੇ ਨਾ ਕੰਡੇ, ਕਵੀ ਜੀ ਨੇ ਲਿਖਿਆ ਅੱਲਾ ਯਾਰ ਖਾਣੇ ਸਤਿਗੁਰ ਅਬ ਆਨ ਪਹੁੰਚੇ ਤੇ ਸਿਰਸਾ ਨਦੀ ਕੇ ਪਾਸ। ਸਤਿਗੁਰ ਅਬ ਆਨ ਪਹੁੰਚੇ ਥੇ ਸਿਰਸਾ ਨਦੀ ਕੇ ਪਾਸ, ਥੇ ਚਾਹਤੇ ਬੁਝਾਏ ਬਾਰਹ ਪਹਿਰ ਕੀ ਪਿਆਸ, ਥੇ ਚਾਹਤੇ ਬੁਝਾਏ ਬਾਰਾਂ ਪਹਿਰ ਕੀ ਪਿਆਸ, ਇਸ਼ਨਾਨ ਕਰਕੇ ਔਰ ਬਦਲ ਕੇ ਨਯਾ ਲਿਬਾਸ, ਵਾਹਿਗੁਰੂ ਕਾ ਨਾਮ ਜਪੇ ਇਸ਼ਨਾਨ ਕਰਕੇ ਔਰ ਬਦਲ ਕੇ ਨਯਾ ਲਿਬਾਸ, ਵਾਹਿਗੁਰੂ ਕਾ ਨਾਮ ਜਪੇ ਔਰ ਕਰੇ ਸਾ ਪਾਸ, ਜਪਜੀ ਕਾ ਜਾਪ ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ, ਪੜ੍ਹ ਕੇ ਗ੍ਰੰਥ ਕੋ ਬੜਾਨਾ ਸਰੂਰ ਥਾ। ਬਾਣੀ ਪੜ੍ਹਨੀ ਹੈ ਭਾਈ ਦਇਆ ਸਿੰਘਾ ਥਾ, ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋ ਕੇ ਜ਼ੋਰੋ ਭੂਮ ਕਾ ਉਤਾਰ ਚੜਾਵ ਕਾ, ਮਨਸ਼ਾ ਬਾ ਕਲਗੀ ਧਰ ਕੇ ਦਿਲੇ ਬੇਕਰਾਰ ਕਾ, ਮੌਕਾ ਮਿਲੇ ਤੋ ਕਰਲੇ ਭਜਨ ਪਰਵਰ ਦੀਗਾਰ ਕਾ। ਕਹਿੰਦੇ ਭਾਈ ਦਇਆ ਸਿੰਘਾ ਮੌਤ ਚੜ ਕੇ ਆ ਰਹੀ ਹੈ ਤੇ ਕਿਹੜੀ ਗੱਲ ਹੈ, ਜਿਹੜਾ ਆਨੰਦਾਂ ਦੀ ਪੁਰੀ ਦੇ ਘੇਰੇ ਤੋਂ ਕੱਢ ਕੇ ਲਿਆ ਸਕਦਾ ਹੈ ਉਹਦਾ ਨਾਮ ਜਪੀਏ ਸਰਸਾ ਤੋਂ ਵੀ ਪਾਰ ਲੈ ਜਾਵੇਗਾ। ਉਹ ਆਪਣੇ ਵਰਗਾ ਹੁੰਦਾ ਕਹਿੰਦਾ ਨਦੀ ਪਾਰ ਲੰਘੀਏ, ਜੇ ਬਚ ਗਏ ਤੇ ਜਪਜੀ ਪੜ੍ਹ ਲਵਾਂਗੇ, ਇੱਥੇ ਹੀ ਮੁਗਲਾਂ ਢਾ ਲੈਣਾ ਬੈਠਿਆਂ ਨੂੰ। ਏਡਾ ਜ਼ਰੂਰੀ ਹੈ ਨਿਤਨੇਮ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਈਏ ਵੀ ਕਲਗੀਧਰ ਪਾਤਸ਼ਾਹ ਸ਼੍ਰੀ ਆਦਿ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਦਾ ਰੁਤਬਾ ਬਖਸ਼ਣ ਵਾਲਾ ਕਲਗੀਧਰ ਪਾਤਸ਼ਾਹ ਕਹਿ ਰਿਹਾ ਹੈ ਵੀ ਬਾਣੀ ਪੜ੍ਹਨੀ ਬੜੀ ਜ਼ਰੂਰੀ ਹੈ, ਨਾਮ ਦਾ ਆਸਰਾ ਹਰ ਸਮੇਂ ਲੋੜੀਦਾ ਹੈ, ਭਾਵੇਂ ਦੁੱਖ ਦੀ ਘੜੀ ਹੋਵੇ ਤੇ ਭਾਵੇਂ ਸੁੱਖ ਦੀ ਹੋਵੇ। ਸੁੱਖ ਵਿੱਚ ਤੇ ਠੀਕ ਹੈ ਪਰ ਮੌਤ ਸਿਰ ਤੇ ਚੜ੍ਹੀ ਹੈ, ਕੋਈ ਫਾਇਦਾ ਨਾਮ ਪੜ੍ਹਨ ਦਾ। ਕਹਿੰਦੇ ਜਿਉਂ ਅੰਧਲੇ ਹੱਥ ਟੋਹਣੀ, ਜਿਉਂ ਅੰਧਲੇ ਹੱਥ, ਅੰਧਲੇ ਹੱਥ ਟੋਹਣੀ, ਟੋਹਣੀ ਕੀ ਹੁੰਦੀ, ਖੂੰਡੀ, ਜਿੰਨਾ ਆਸਰਾ ਅੰਨੇ ਨੂੰ ਖੂੰਡੀ ਦਾ ਏ। ਭਾਈ ਦਇਆ ਸਿੰਘ ਜੀ ਦੁਖਿਆਰੇ ਨੂੰ ਉਹ ਆਸਰਾ ਬਾਣੀ ਦਾ ਹੈ, ਬਾਣੀ ਦਾ ਐਸਾ ਆਸਰਾ ਹੈ ਜਿਉਂ ਅੰਧਲੇ ਹੱਥ ਟੋਹਣੀ। ਤੇ ਜਿਹੜੇ ਸੰਤ ਹੁੰਦੇ ਨੇ ਸਾਧੂ ਹੁੰਦੇ ਨੇ, ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਸਾਧੂਆਂ ਲਈ ਐਸਾ ਨਾਮ ਦਾ ਆਸਰਾ ਹੈ। ਨਾਮ ਰਸਤਾ ਦਿਖਾਉਂਦਾ ਹੈ। ਕਿਸੇ ਨੇ ਪੁੱਛਿਆ ਸੀ ਮਹਾਰਾਜ ਦੁੱਖਾਂ ਦੀ ਘੜੀ 'ਚ ਨਾਮ ਪੜ੍ਹਨ ਦਾ ਕੀ ਫਾਇਦਾ, ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਰ ਕੋ ਨਾਮ ਸਦਾ ਸੁਖਦਾਈ। ਇਹ ਨਾਮ ਜਪ ਕੇ ਹੀ ਚਾਂਦਨੀ ਚੌਂਕ ਬੈਠੇ ਨੇ ਤੇ ਵਾਰ ਹੋ ਜਾਵੇ ਕਿਤੇ ਗਿਰੇ ਬਾਨ ਉੱਤੇ ਤੇ ਸੀ ਨਹੀਂ ਕਰਦਾ ਬਾਪੂ। ਖੈਰ ਉਹਨੇ ਤੇ ਸੀ ਕੀ ਕਰਨੀ, ਕੁੱਲ ਕਾਇਨਾਤ ਦਾ ਮਾਲਕ ਹੈ। ਉਹਦੇ ਬਾਰੇ ਤੇ ਲਫ਼ਜ਼ ਇਹ ਆਉਂਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ, ਪ੍ਰਭ ਲਫ਼ਜ਼ ਆਇਆ, ਗੁਰੂ ਤੇਗ ਬਹਾਦਰ ਪਰਮਾਤਮਾ ਆਇਆ। ਕੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੀ ਜੋਤ ਨੂੰ ਪਰਮਾਤਮਾ ਕਹਿੰਦੇ ਨੇ? ਬਿਲਕੁਲ, ਗੁਰ ਅਰਜਨ ਪ੍ਰਤੱਖ ਹਰ,
ਹੈ ਹੀ ਪਰਮਾਤਮਾ ਗੁਰੂ ਅਰਜਨ, ਗੁਰੂ ਨਾਨਕ, ਗੁਰੂ ਹਰਗੋਬਿੰਦ। ਨਾਮ ਦਾ ਐਸਾ ਰਸ ਹੈ, ਚਰਖੜੀਆਂ ਤੇ ਚੜਿਆਂ ਵੀ ਦਰਦ ਨਹੀਂ ਹੁੰਦਾ। ਨਾਮ ਦਾ ਐਸਾ ਰਸ ਹੈ, ਰੰਬੀਆਂ ਨਾਲ ਖੋਪੜ ਉੱਡ ਜਾਣ ਦਰਦ ਨਹੀਂ ਹੁੰਦਾ। ਨਿਤਨੇਮ ਕਰਕੇ ਬਾਣੀ ਪੜ੍ਹ ਕੇ ਤੇ ਸਰਸਾ ਤੋਂ ਪਾਰ ਹੋਏ। ਸਰਸਾ ਦੇ ਕੰਢੇ ਘਮਸਾਨ ਦਾ ਯੁੱਧ ਹੋਇਆ, ਫਿਰ ਪਾਰ ਹੋਏ। ਸਰਸਾ ਨੰਗੀ ਹੋਇਆ ਕੀ ਹੈ? ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਥੋੜ੍ਹਾ ਜਿਹਾ ਧਿਆਨ ਦਿਓ, ਸਰਸਾ ਨੰਗ ਗਏ ਨੇ। ਸਰਸਾ ਦੇ ਕੰਢੇ ਦੇ ਹਾਲਾਤ ਕੀ ਨੇ? ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇਂ ਸਾਰੇ ਨਜ਼ਰ ਆਏ, ਯਹ ਦੇਖ ਕੇ ਵਿਗੜੇ ਹੋਏ ਪਿਆਰੇ ਨਜ਼ਰ ਆਏ। ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਡੂਬੇ ਹੋਏ ਸਰਸਾ ਮੇਂ ਪਿਆਰੇ ਨਜ਼ਰ ਆਏ, ਯਹ ਦੇਖ ਕੇ ਬਿਖੜੇ ਹੋਏ ਸਾਰੇ ਨਜ਼ਰ ਆਏ, ਬਿਫਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਨ ਕੀ, ਵਰਨਾ ਮੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਗੁਰੂ ਗੋਬਿੰਦ ਸਿੰਘ ਨੇ ਸਰਸਾ ਵੱਲ ਨਜ਼ਰ ਦੌੜਾਈ, ਤਿੰਨਾਂ ਹਿੱਸਿਆਂ ਚ ਪਰਿਵਾਰ ਖਿਲਰ ਗਿਆ ਹੈ। ਮਾਂ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ, ਮਾਮਾ ਕਿਰਪਾਲ ਚੰਦ ਦੇ ਨਾਲ ਦਿੱਲੀ ਨੂੰ ਚਲੇ ਗਏ। ਪਾਣੀ ਦੀਆਂ ਲਹਿਰਾਂ ਨਾਲ ਵਿਛੋੜਾ ਪੈ ਗਿਆ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਕਲਗੀਧਰ ਪਾਤਸ਼ਾਹ ਦੇ ਸਿੰਘਾਂ ਸਮੇਤ ਨਾਲ ਨੇ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸਰਸਾ ਦੇ ਕੰਢੇ ਮਾਂ ਗੁਜਰੀ ਦੇ ਨਾਲ ਨੇ, ਉਹ ਖੱਬੇ ਬੰਨੇ ਚਲੇ ਗਏ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਸੱਜੇ ਬੰਨੇ ਤੇ ਪਾਤਸ਼ਾਹ ਸਿੱਧੇ ਚੱਲ ਪਏ ਨੇ। ਪਿਆਰੇ ਜਾਨ ਨਾਲੋਂ ਸਿੰਘ ਰੁੜ ਗਏ। ਉੱਥੇ ਗੁਰੂ ਪਾਤਸ਼ਾਹ ਵੱਲੋਂ ਇੱਕ ਲਿਖਿਆ ਗ੍ਰੰਥ, ਜਿਹਦਾ ਨਾਮ ਵਿਦਿਆ ਸਾਗਰ ਸੀ, 9 ਮਣ ਦਾ ਗ੍ਰੰਥ ਸੀ, ਕਾਫੀ ਆਕਾਰ ਹੋਵੇਗਾ, ਕਾਫੀ ਪੇਜ ਹੋਣਗੇ ਉਹਦੇ। ਇਤਿਹਾਸਕਾਰ ਕਹਿੰਦੇ 9 ਮਣ। ਉਹ ਗ੍ਰੰਥ ਡੁੱਬ ਗਿਆ ਸੀ ਸਰਸਾ ਦੇ ਵਿੱਚ, ਬਸ ਆ ਦਸਮ ਬਾਣੀ ਰਹਿ ਗਈ ਪਾਤਸ਼ਾਹ ਦੀ, ਸਰਬਲੋ ਰਹਿ ਗਿਆ, ਦਸਮ ਰਹਿ ਗਿਆ, ਉਹ ਡੁੱਬ ਗਿਆ ਸੀ ਵਿਦਿਆ ਸਾਗਰ। ਮੈਂ ਸੋਚਦਾ ਨਿੰਦਕਾਂ ਤੋਂ ਇਹੋ 1428 ਅੰਗਾਂ ਦਾ ਨਹੀਂ ਪਹੁੰਚਾਇਆ ਜਾਂਦਾ ਤੇ ਕਿਤੇ ਵਿਦਿਆ ਸਾਗਰ ਹੁੰਦਾ ਤੇ ਇਹਨਾਂ ਦੀ ਨੀਂਦ ਉੱਡੀ ਰਹਿਣੀ ਸੀ ਵਿਚਾਰਿਆਂ ਦੀ। ਸਮਝ ਪਤਾ ਕਿਉਂ ਨਹੀਂ ਆਉਂਦਾ? ਮਹਿੰਗਾ ਬੜਾ ਹੈ, ਭਾਸ਼ਾ ਬੜੀ ਕਠਿਨ ਹੈ। ਹਾਂ, ਕੁਝ ਰਚਨਾਵਾਂ ਪੰਜਾਬੀ 'ਚ ਵੀ ਨੇ, ਜਿਵੇਂ ਚੰਡੀ ਦੀ ਵਾਰ ਹੈ, ਜਾਂ ਹਮਰੀ ਕਰੋ ਹੱਥ ਦੇ ਰਸ਼ਾ ਚੌਪਈ ਸਾਹਿਬ ਹੋਈ, ਜਾਂ ਚੰਡੀ ਦੀ ਵਾਰ ਤਾਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਪਰ ਸੰਸਕ੍ਰਿਤ, ਅਰਬੀ, ਫਾਰਸੀ ਵਿੱਚ ਬੇਅੰਤ ਬਾਣੀਆਂ ਨੇ। ਆਉਂਦੀ ਆਉਂਦੀ ਤਾਂ ਮੇਰੇ ਵਰਗਿਆਂ ਨੂੰ ਪੰਜਾਬੀ ਨਹੀਂ ਚੰਗੀ ਤਰ੍ਹਾਂ, ਅਤੇ ਉਹ ਜਦੋਂ ਸਮਝ ਨਹੀਂ ਆਉਂਦੀ, ਹੱਥ ਨਾ ਪਹੁੰਚੇ ਤੇ ਥੂ ਕੌੜੀ। ਜ਼ਫਰਨਾਮੇ ਦਾ ਇੱਕ ਸ਼ੇਰ ਬੋਲ ਦਿਓ ਨਾ, ਚੰਡੀ ਚਰਿੱਤਰ ਦੇ ਸੰਸਕ੍ਰਿਤ ਦੀ ਰਚਨਾ ਸਾਹਮਣੇ ਪੜ੍ਹ ਦਿਓ, ਆਖਣਗੇ ਪਤਾ ਨਹੀਂ ਲੱਗਾ, ਅਸੀਂ ਤੇ ਮੰਨਦੇ ਨਹੀਂ ਇਹ ਗੁਰੂ ਦੀ ਬਾਣੀ ਹੈ, ਮੰਨਦੇ ਤਾਂ ਨਹੀਂ, ਸਮਝ ਨਹੀਂ ਆਉਂਦੀ। ਤੇ ਜੇ ਸਮਝ ਹੋਵੇ
ਸਮਝ ਹੋਵੇ ਤੇ ਪਤਾ ਲੱਗ ਜਾਵੇ ਮੂਰਖਾਂ ਨੂੰ ਵੀ ਜਿਹਨੂੰ ਕੱਚ ਕਹਿ ਰਹੇ ਉਹ ਲੱਖਾਂ ਹੀਰਿਆਂ ਨਾਲੋਂ ਵੱਧ ਕੇ ਇਹਦੀ ਚਮਕ ਹੈ। ਜੇ ਸਮਝ ਲੱਗ ਜਾਵੇ ਤੇ ਜ਼ੋਹਰੀ ਹੀਰੇ ਦੀ ਪਹਿਚਾਣ ਰੱਖਦਾ ਹੈ, ਸੀਨੇ ਨਾਲ ਲਾ ਕੇ ਰੱਖਦਾ ਹੈ। ਮੂਰਖ ਬੰਦਾ ਹੀਰੇ ਨੂੰ ਕੱਚ ਸਮਝ ਕੇ ਦੂਰ ਸੁੱਟ ਬਹਿੰਦਾ ਹੈ। ਇਹਨਾਂ ਲੋਕਾਂ ਦੀ ਬਿਰਤੀ ਸੁਰਤੀ ਇੱਥੇ ਕੁ ਪਹੁੰਚੀ ਹੋਈ ਹੈ। ਦੀਨ ਦੁਨੀਆਂ ਦੇ ਮਾਲਕ ਨੇ ਐਸੇ ਨਗੀਨੇ ਬਖਸ਼ੇ ਨੇ ਸਾਨੂੰ, ਐਸੇ ਹੀਰੇ ਬਖਸ਼ੇ ਨੇ, ਸਾਂਭਣ ਦੀ ਬਜਾਏ ਅਸੀਂ ਦੂਰ ਕਰ ਰਹੇ ਹਾਂ। ਅੱਛਾ, ਇੱਥੇ ਤੁਸੀਂ ਧਿਆਨ ਦਿਓ ਵੀ ਇੱਕ ਬੱਚਾ ਕਿਸੇ ਦਾ ਗਵਾਚ ਜਾਵੇ ਨਾ ਤੇ ਬੰਦਾ ਟੁੱਟ ਜਾਂਦਾ ਹੈ, ਬੰਦਾ ਡਿੱਗ ਪੈਂਦਾ ਹੈ। ਅੱਲਾ ਯਾਰ ਖਾਂ ਕਹਿੰਦਾ ਤਾਰੀਖ ਮੇ ਲਿਖਾ ਹੈ, ਤਾਰੀਖ ਮੇ ਲਿਖਾ ਹੈ ਦਰਗੋਸ਼ ਕਾਰਜ਼ਾਰ, ਸਤਗੁਰ ਭੜਾਤੇ ਗਏ ਆਗੇ ਕੋ ਰਹਾ ਵਾਰ। ਤਾਰੀਖ ਮੇ ਲਿਖਾ ਹੈ ਦਰਗੋਸ਼ ਕਾਰਜ਼ਾਰ, ਸਤਗੁਣ ਭੜਾਤੇ ਗਏ ਆਗੇ ਕੋ ਰਹਾ ਵਾਰ, ਹਮਗਾ ਹਮਗਾ ਰਹਿ ਗਏ ਥੇ ਗਰਜ਼ ਚੰਦ ਨਿਸਾਰ, ਫਰਜ਼ੰਦੋ ਮੇ ਥੇ ਸਾਥ ਅਜੀਤ ਔਜ਼ੁਜ਼ਾਰ, ਫਰਜ਼ੰਦੋ ਮੇ ਥੇ ਸਾਥ ਅਜੀਤ ਔਜ਼ੁਜ਼ਾਰ, ਜੋਰਾ ਵਰ ਔਰ ਫਤਿਹ ਹੈ ਜੋ ਦਾਦੀ ਕੇ ਸਾਥ ਥੇ, ਦਾਏ ਕੀ ਜਗ ਹੈ ਵੋ ਚਲ ਦੀਏ ਬਾਏ ਹਾਥ ਥੇ। ਸਿੱਖਾਂ ਨੇ ਆਖਿਆ ਮਹਾਰਾਜ ਖੋਜ ਲੱਭੀਏ ਸਾਹਿਬਜ਼ਾਦੇ ਕਿੱਥੇ ਗਏ, ਕਲਗੀਧਰ ਪਾਤਸ਼ਾਹ ਕਿਸੇ ਦੀ ਚਵਾਨੀ ਡਿੱਗ ਪਵੇ ਤੇ ਮਿੱਟੀ ਫੋਲਦਾ ਹੈ, ਤੇਰੇ ਦੋ ਕੀਮਤੀ ਲਾਲ ਤੇ ਤੇਰੇ ਮਹਿਲ ਘਰ ਵਾਲੀਆਂ ਕੋਲ ਨਹੀਂ ਹੈ, ਤੇ ਤੂੰ ਰੰਚਕ ਮਾਤਰ ਰੋਕ ਕੇ, ਤੂੰ ਰੰਚਕ ਮਾਤਰ ਕਦਮ ਰੋਕ ਕੇ ਇਹ ਵੀ ਯਤਨ ਨਹੀਂ ਕੀਤਾ ਵੀ ਮੈਂ ਬੱਚਿਆਂ ਨੂੰ ਲੱਭ ਲਵਾਂ। ਰੱਬ ਦਾ ਰੁਤਬਾ ਹੈ ਗੁਰੂ ਗੋਬਿੰਦ ਸਿੰਘ ਕੋਲੇ, ਕਿਉਂ ਜੀ, ਨਾ ਦੁੱਖ ਦਾ ਅਸਰ ਤੇ ਨਾ ਸੁੱਖ ਦਾ ਅਸਰ। ਇਹ ਤੁਹਾਡਾ ਜਾਂ ਆਪਣਾ ਕਾਕਾ ਕੋਈ ਗਵਾਚ ਜਾਵੇ ਤੇ ਫੋਲ ਮਾਰੀ ਦੇ ਨੇ ਪਿੰਡ ਸਾਰੇ ਦੇ ਸਾਰੇ। ਜਿਹੜਾ ਹੱਥੀਂ ਪਾਲਿਆ ਹੋਵੇ, ਜੁਦਾ ਹੋਵੇ, ਦਿਲ ਦਾ ਟੁਕੜਾ ਦੂਰ ਕਰਨਾ ਬੜਾ ਔਖਾ ਹੈ। ਗੁਰੂ ਗੋਬਿੰਦ ਸਿੰਘ ਤੁਸੀਂ ਰੁਕਦੇ ਕਿਉਂ ਨਹੀਂ? ਦੇਖੋ, ਖੋਜ ਉਹਨੂੰ ਲੱਭਣੀ ਪੈਂਦੀ ਹੈ ਜਿਹਦੀ ਸੁਰਤੀ ਜਿਹੜੀ ਹੈ, ਜਿਸ ਦੀ ਸੁਰਤੀ ਦੀ ਤਾਕਤ ਦੀ ਕੋਈ ਸੀਮਾ ਹੋਵੇ, ਖੋਜ ਉਹ ਲੱਭਦਾ ਹੈ ਜਿਹੜਾ ਅਸੀਮ ਹੈ, ਜਿਹੜਾ ਕੁੱਲ ਕਾਇਨਾਤ ਦੇ ਬਾਰੇ ਖਬਰ ਰੱਖਣ ਵਾਲਾ ਹੈ। ਉਹਨੂੰ ਲੱਭਣ ਦੀ ਲੋੜ ਨਹੀਂ, ਉਹ ਜਾਣਦਾ ਹੈ ਸਾਹਿਬਜ਼ਾਦੇ ਕਿੱਧਰ ਚਲੇ ਗਏ ਨੇ। ਮੁਸਲਮਾਨ ਨੂੰ ਬੜਾ ਭਰੋਸਾ ਹੈ ਸਾਡੇ ਗੁਰੂ ਤੇ। ਅੱਲਾ ਯਾਰ ਖਾਨ ਹਿੰਦੂ ਲਾਲਾ ਦੌਲਤ ਰਾਏ ਮਹਾਨ ਵਿਦਵਾਨ, ਉਹਨੂੰ ਬੜਾ ਭਰੋਸਾ ਹੈ ਸਾਡੇ ਗੁਰੂ ਤੇ। ਆ ਕਿੰਨਾ ਚੋਂ ਪੈਦਾ ਹੋ ਗਏ ਜਿਹੜੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਨੂੰ ਨਹੀਂ ਮੰਨਦੇ, ਗੁਰੂ ਲੱਖਾਂ ਨਾਲ ਕਿਵੇਂ ਲੜਾ ਗਿਆ, ਗੁਰੂ ਤਲੀ ਤੇ ਹੱਥ ਤੇ ਸਿਰ ਕਿਵੇਂ ਟਕਵਾ ਗਿਆ, ਬਾਬਾ ਦੀਪ ਸਿੰਘ ਨੂੰ ਬਿਨਾਂ ਸਿਰ ਤੋਂ ਕਿੱਦਾਂ ਪੜ੍ਹਾ ਗਿਆ। ਇਹ ਤੇ ਉਹਨਾਂ ਹਿੰਦੂ ਤੇ ਮੁਸਲਮਾਨਾਂ ਨੂੰ, ਉਹਨਾਂ ਹਿੰਦੂ ਵੀਰਾਂ ਤੇ ਮੁਸਲਮਾਨਾਂ ਨੂੰ ਜੇ ਕੰਪੈਰੀਜ਼ਨ ਵਿੱਚ ਲੈ ਆ ਉਤੇ ਉਹ ਚੰਗੇ ਨੇ, ਪਰ ਇਹ ਲਾਹਨਤਾਂ ਖੱਟ ਰਹੇ ਨੇ। ਗੈਰ ਸਿੱਖ ਬੰਦਾ ਤੇ ਆਖੇ ਗੁਰੂ ਤੇ ਭਰੋਸਾ ਹੈ, ਉਹਨੂੰ ਰੁਕ ਕੇ ਲੱਭਣ ਦੀ ਲੋੜ ਨਹੀਂ।
ਤੇ ਸਿੱਖ ਹੋ ਕੇ ਲਿਬਾਸ ਸਾਡੇ ਵਾਲੇ ਪਾ ਕੇ ਤੂੰ ਕਹਿ ਰਿਹਾ ਹੈ ਵੀ ਗੁਰੂ 'ਚ ਕਰਾਮਾਤ ਨਹੀਂ ਲਿਆ। ਗੁਰੂ ਨੂੰ ਕਿੱਦਾਂ ਪਤਾ ਲੱਗਿਆ ਸਾਹਿਬਜ਼ਾਦੇ ਕਿੱਥੇ ਨੇ? ਤੈਨੂੰ ਸਮਝ ਨਹੀਂ ਹੈ, ਤੂੰ ਗੁਰੂ ਨੂੰ ਫਿਰ ਆਪਣੇ ਵਰਗਾ ਸਮਝ ਲਿਆ। ਅਤੇ ਮੈਂ ਕਹਿੰਦਾ ਨਾ ਜੇ ਗੁਰੂ ਆਮ ਹੈ, ਜੇ ਗੁਰੂ ਤੇਰੇ ਵਰਗਾ ਹੈ ਤਾਂ ਫਿਰ ਉਹਨੇ ਤਾਂ ਚਾਰ ਵਾਰੇ ਨੇ, ਤੂੰ ਇੱਕ ਹੀ ਪੰਥਲੀ ਵਾਰ ਕੇ ਵਿਖਾ ਦੇ। ਜੇ ਗੁਰੂ ਮਾਮੂਲੀ ਹੈ ਤੇਰੇ ਅਤੇ ਮੇਰੇ ਵਰਗਾ ਹੈ, ਉਹ ਤੱਤੀ ਤਵੀ 'ਤੇ ਬੈਠਾ ਹੈ ਅਤੇ ਤੂੰ ਤੱਤੀ ਤਵੀ 'ਤੇ ਹੱਥ ਹੀ ਰੱਖ ਕੇ ਵਿਖਾ ਦੇ। ਜੇ ਗੁਰੂ ਤੇਰੇ ਅਤੇ ਮੇਰੇ ਵਰਗਾ ਮਾਮੂਲੀ ਹੈ, ਜੇ ਜ਼ਹਿਰ ਵਰਗੇ ਰੀਠਿਆਂ ਨੂੰ ਹੱਥ ਲਾਵੇ ਤੇ ਮਿੱਠੇ ਹੁੰਦੇ ਨੇ, ਤੂੰ ਹੀ ਕੋਈ ਨਿੰਮ, ਕੋਈ ਨਿੰਮ, ਕੋਈ ਕੌੜਾ ਰੀਠਾ ਮਿੱਠਾ ਕਰਕੇ ਵਿਖਾ ਦੇ। ਜੇ ਗੁਰੂ ਆਮ ਹੈ, ਉਹਨੇ ਤੇ ਪਹਾੜ ਏਦਾਂ ਪਹਾੜ ਆਪਣੇ ਹਸਤ ਕਮਲ ਨਾਲ ਡੱਕ ਲਿਆ, ਨਾਨਕ ਨਿਰੰਕਾਰੀ ਨੇ ਮੈਨੂੰ ਇੱਟ ਫੜਾ ਤੇ ਮੈਂ ਤੇਰੇ ਸਿਰ ਵਿੱਚ ਮਾਰਾਂ, ਤੂੰ ਇੱਟ ਹੀ ਡੱਕ ਕੇ ਵਿਖਾ ਦੇ। ਜੇ ਗੁਰੂ ਤੇਰੇ ਵਰਗਾ ਆਮ ਹੈ, 10 ਲੱਖ ਦੇ ਘੇਰੇ ਨੂੰ ਏਦਾਂ ਉਡਾ ਕੇ ਨਿਕਲਿਆ ਜਿਵੇਂ ਸ਼ੇਰ ਗਿੱਦੜਾਂ ਦੀ ਡਾਰ ਉਡਾਉਂਦਾ ਏ, ਤੈਨੂੰ ਇੱਕ ਦੋ ਜਾਣੇ ਹੀ ਘੇਰ ਲੈਂਦੇ ਆ ਨੰਗੀਆਂ ਤਲਵਾਰਾਂ ਲੈ ਕੇ, ਤੂੰ ਸਾਡਾ ਘੇਰਾ ਹੀ ਤੋੜ ਕੇ ਵਿਖਾ ਦੇ। ਇੱਕ ਚੰਮ ਦਾ ਮਾਮੂਲੀ ਲਿਫਾਫਾ, ਚਾਰ ਬੰਦੇ ਸੁਣਨ ਕੀ ਲੱਗ ਪਏ ਨੇ, ਕਹਿੰਦਾ ਗੁਰੂ ਨਾਨਕ ਤੇ ਸਾਡੇ ਵਰਗਾ ਆਮ ਹੀ ਹੈ। ਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਪੁੱਛਿਆ ਜੀ ਆਮ ਹੈ ਗੁਰੂ ਨਾਨਕ? ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮ ਸਰ। ਗੁਰੂ ਅਰਜਨ ਸਾਹਿਬ ਆਮ ਹੈ ਗੁਰੂ ਨਾਨਕ? ਕਹਿੰਦੇ ਗੁਰੂ ਨਾਨਕ ਉਹ ਹੈ ਜਿਹੜਾ ਪਰਮਾਤਮਾ ਦੇ ਤੁਲ ਹੈ, ਬਰਾਬਰ ਤਕੜੀ 'ਚ ਬਹਿ ਸਕਦਾ ਹੈ, ਨਹੀਂ ਤੇ ਰੱਬ ਦੇ ਸ਼ਰੀਕ ਕੋਈ ਪੈਦਾ ਨਹੀਂ ਹੋਇਆ ਜਿਹੜਾ ਉਹਦੇ ਬਰਾਬਰ ਤਕੜੀ 'ਚ ਬਹਿ ਜਾਵੇ। ਗੁਰੂ ਨਾਨਕ ਹੀ ਰੱਬ ਹੈ ਜਿਹੜਾ ਸਰਗੁਣ ਸਰੂਪ ਹੋ ਕੇ ਦੁਨੀਆਂ 'ਤੇ ਆਇਆ ਹੈ। ਮੁਸਲਮਾਨ ਵੀਰ ਕਹਿ ਰਿਹਾ ਇਹ ਗੱਲ, ਕਹਿੰਦਾ ਕਰਤਾਰ ਕੀ ਸੌਗੰਧ ਹੈ, ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਤਾਰੀਫ ਵੋ ਗੋਬਿੰਦ ਕੀ ਕੰਮ ਹੈ। ਗੁਰੂ ਆਮ ਨਹੀਂ ਹੈ, ਤੁਸੀਂ ਆਮ ਹੋ ਸਕਦੇ ਹੋ, ਮੈਂ ਆਮ ਹੋ ਸਕਦਾ, ਗੁਰੂ ਖਾਸ ਹੈ। ਇਹ ਭੁਲੇਖਾ ਕਦੇ ਨਾ ਪਾਲ ਲਿਓ ਵੀ ਗੁਰੂ ਆਮ ਹੈ। ਦੀਨ ਦੁਨੀਆਂ ਦੇ ਮਾਲਕ ਦੇ ਅਕੀਦਾ ਹੈ ਅੱਲਾ ਯਾਰ ਖਾਂ ਨੂੰ, ਕਹਿੰਦਾ ਐਂ ਤੁਰੇ ਜਾਂਦਾ ਨਾ ਮਾੜੀ ਜੀ ਅੱਖ ਮੀਟੀ ਕਲਗੀ ਤਰਨੇ, ਫੌਰਨ ਮਰਾਕਮੇ ਮੇ ਗਏ ਪੀਰੇ ਖੁਸ਼ ਖੁਸ਼ਹਾਲ, 14 ਤਬਕ ਕਾ ਕਰ ਲਿਆ ਪਲਮੇ ਮਾਲੂਮ ਹਾਲ। ਉਹ ਤੂੰ ਇਸ ਸਰਸਾ ਦੇ ਕੰਢੇ ਦੀ ਗੱਲ ਕਰੇ, ਮਾੜੀ ਜੀ ਸੁਰਤੀ ਆਪਣੇ ਨਿਰਗੁਣ ਵਿੱਚ ਜੋੜੀ ਤੇ ਇੱਕ ਦੇਸ਼ ਤੇ ਕੀ 14 ਲੋਕਾਂ ਦੇ ਹਾਲ ਦਾ ਪਤਾ ਕਰ ਲਿਆ ਕਲਗੀ ਧਰਨੇ, ਵੀ ਮੇਰੇ ਲਾਲ ਕਿਹੜੇ ਕੋਨੇ ਵੱਲ ਗਏ ਨੇ। ਇਹਨੂੰ ਕੀ ਕਹਿੰਦੇ ਨੇ? ਫਿਰ ਪੜ੍ਹਦੇ ਹੋ, ਅੰਤਰ ਜਾਮੀ ਪੁਰਖ ਵਿਧਾਤੇ, ਉਹ ਅੰਦਰ ਦੀ ਜਾਣਦਾ ਹੈ। ਘੱਟ ਘੱਟ ਮੈਂ ਹਰ ਜੂ ਬਸ ਹੈ, ਕਿਉਂ ਜਾਣਦਾ ਹੈ? ਕਿਉਂਕਿ ਉਹਦਾ ਸਰਗੁਣ ਸਰੂਪ ਹਰ ਜਗ੍ਹਾ ਹੀ ਵੱਸਦਾ ਹੈ, ਉਹਦਾ ਨਿਰਗੁਣ ਸਰੂਪ ਹਰ ਜਗ੍ਹਾ ਹੀ ਮੌਜੂਦ ਹੈ। ਸਰਗੁਣ ਦੇ ਦਿਦਾਰੇ ਕਰਨੇ ਨੇ ਤੇ ਸਰਗੁਣ ਪਹੁੰਚ ਜਾਂਦਾ ਹੈ ਦਿਦਾਰੇ ਦੇਣ, ਨਿਰਗੁਣ ਦੇ ਕਰਨੇ ਨੇ ਤੇ ਜੋਤ ਸਰੂਪ ਵਿੱਚ ਪਹੁੰਚ ਜਾਂਦਾ ਹੈ ਫੌਰਨ। ਮਰਾਕਬੇ ਮੇ ਗਏ ਪੀਰੇ ਖੁਸ਼ ਖੁਸ਼ਹਾਲ, 14 ਤਬਕ ਕਾ ਕਰ ਲਿਆ ਪਲਮੇ ਮਾਲੂਮ ਹਾਲ। ਫੁਰਮਾਏ ਜਾਂ ਨਿਸਾਰੋਂ ਸੇ ਕਿਉਂ ਹੋਤੇ ਹੋ ਨਿਡਾਲ, ਮਾਤਾ ਕੇ ਸਾਥ ਚਲ ਦੀਏ ਸ਼ਹੀਦ ਹੋਨੇ ਦੋਨੋਂ ਲਾਲ।
ਕਿਉਂ ਲੱਭਦੇ ਹੋ? ਉਹ ਲੱਭਿਆ ਨਹੀਂ ਲੱਭਣਗੇ। ਆਖਣ ਲੱਗੇ, ਬੁਨਿਆਦ ਮੇ ਧਰਮ ਕੀ ਚੁਣੇਗੇ ਉਦੂ ਉਨੇ, ਬੁਨਿਆਦ ਮੇ ਧਰਮ ਕੀ ਚੁਣੇਗੇ ਉਦੂ ਉਨੇ, ਕਰਤਾਰ ਚਾਹਤਾ ਹੈ ਕਿ ਕਰੂੰ ਸੁਰਖਰੂ ਉਨੇ। ਦੁਸ਼ਮਣਾਂ ਨੇ ਧਰਮ ਦੀਆਂ ਨੀਹਾਂ ਦੇ ਵਿੱਚ ਉਹਨਾਂ ਨੂੰ ਚਿਣ ਦੇਣਾ ਹੈ। ਧਰਮ ਦੀ ਬੁਨਿਆਦ ਪੱਕੀ ਕਰਨ ਲਈ ਮੇਰੇ ਲਾਲਾਂ ਨੇ ਨੀਹਾਂ ਵਿੱਚ ਸਿਰ ਦੇਣੇ ਨੇ। ਉੱਤੇ ਉੱਥੇ ਚਲੇ ਗਏ ਨੇ, ਦਾਦੀ ਆਪਣੀ ਸਮੇਤ ਸ਼ਹਾਦਤ ਦੀ ਅਵਧੀ ਉਹਨਾਂ ਮਾਣਨੀ ਹੈ। ਲੱਭਣ ਦੀ ਕੋਸ਼ਿਸ਼ ਨਾ ਕਰਿਓ। ਮੈਂ ਸਰਬੰਸ ਵਾਰਨਾ ਹੈ ਤੇ ਸਰਬੰਸ ਵਿੱਚੋਂ ਤਿੰਨ ਕਿਸ਼ਤਾਂ ਸਰਹੰਦ ਦੀ ਉਸ ਧਰਤੀ ਤੇ ਅਦਾ ਹੋਣੀਆਂ ਨੇ। ਇੱਕ ਛੋਟਾ ਲਾਲ ਬਾਬਾ ਜ਼ੋਰਾਵਰ ਸਿੰਘ, ਇੱਕ ਬਾਬਾ ਫਤਿਹ ਸਿੰਘ ਤੇ ਤੀਸਰੀ ਕਿਸ਼ਤ ਮਾਂ ਗੁਜਰੀ ਦੇ ਰੂਪ ਵਿੱਚ ਮੈਂ ਉੱਥੇ ਅਦਾ ਕਰਨੀ ਹੈ। ਹੱਥ ਜੋੜ ਕੇ ਕਹਿੰਦੇ, ਦੁੱਖ ਸੁੱਖ ਹੀ ਤੇ ਭਏ ਨਿਰਾਲੇ। ਕੁਝ ਐਸੀਆਂ ਤਾਕਤਾਂ ਨੇ ਜਿਹੜੇ ਦੁੱਖ ਤੇ ਸੁੱਖ ਤੋਂ ਉੱਪਰ ਉੱਠ ਜਾਂਦੇ ਨੇ। ਨਾ ਬਾਬਾ ਜੁਝਾਰ ਸਿੰਘ ਦੇ ਆਗਮਨ ਦੀ ਖੁਸ਼ੀ ਤੇ ਨਾ ਜਾਣ ਦਾ ਗਮ। ਰੱਬ ਕੋਲੇ ਸੁਭਾਅ ਹੈ, ਨਾ ਗਮ ਵਿੱਚ ਟੁੱਟਦਾ ਹੈ ਤੇ ਨਾ ਖੁਸ਼ੀ ਵਿੱਚ ਆਪੇ ਤੋਂ ਹੀ ਬਾਹਰ ਹੁੰਦਾ ਹੈ। ਅਸੀਂ ਖੁਸ਼ੀ ਹੋਵੇ ਤੇ ਕੋਠੇ ਤੇ ਨੱਚੀਦਾ, ਗਮੀ ਹੋਵੇ ਤੇ ਛਾਲ ਮਾਰ ਕੇ ਮਰ ਜਾਈਦਾ ਵੀ ਕਾਕਾ ਕਿੱਥੇ ਗਿਆ ਹੈ। ਰੱਬ ਤੇ ਅਸਰ ਨਹੀਂ ਹੁੰਦਾ ਦੁੱਖ ਸੁੱਖ ਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਮੈਂ ਥੋੜ੍ਹੀ ਕਹਿੰਦਾ, ਕਹਿੰਦੇ ਗੁਰੂ ਦੀ ਛੱਡੋ, ਪਰਮਾਤਮਾ ਦੀ ਛੱਡੋ। ਜਿਹੜਾ ਗੁਰਮੁਖ ਬਣ ਗਿਆ, ਗੁਰੂ ਦੇ ਚਰਨੀ ਲੱਗ ਗਿਆ, ਕੀ ਬੰਦਾ ਸਿੰਘ ਬਹਾਦਰ ਨੂੰ ਦੁੱਖ ਹੈ? 3 ਸਾਲ ਦੇ ਅਜੈ ਸਿੰਘ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾਇਆ ਗਿਆ ਤੇ ਫਰਕਸੀਅਰ ਨੇ ਪੁੱਛਿਆ, ਬੰਦਾ ਸਿੰਘਾ ਤੇਰਾ ਵਜੂਦ ਮਿਟ ਚੱਲਿਆ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦਾ, ਤੈਨੂੰ ਦੁੱਖ ਨਹੀਂ ਹੁੰਦਾ? ਤੈਨੂੰ ਕਲਗੀ ਧਰ ਦੀ ਸਿੱਖੀ ਹਾਸਲ ਕਰਕੇ ਕੀ ਮਿਲਿਆ ਹੈ? ਦੁੱਖਾਂ ਕਲੇਸ਼ਾਂ ਦੇ ਵਿੱਚ, ਦੁੱਖਾਂ ਦਰਦਾਂ ਦੇ ਵਿੱਚ ਖੁਰਾ ਖੋਜ ਤੇਰਾ ਮਿਟਣ ਲੱਗਾ ਏ। ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਗੱਜ ਕੇ ਉੱਥੇ ਇੱਕ ਬਚਨ ਆਖਿਆ ਸੀ, ਕਹਿੰਦੇ ਫਰਕਸੀਅਰ ਗੱਲ ਸੁਣ, ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀ ਜੈ। ਇਹ ਪੁੱਤਰ ਧੀਆਂ ਸਾਡੇ ਹੱਥ ਵਿੱਚ, ਸਾਡੇ ਹੁਕਮ ਵਿੱਚ ਪੈਦਾ ਨਹੀਂ ਹੁੰਦੇ। ਤੇ ਜੇ ਬੰਦੇ ਦੇ ਹੱਥ ਹੀ ਹੋਵੇ ਨਾ ਔਲਾਦ ਨੂੰ ਪੈਦਾ ਕਰਨਾ, ਤੇ ਇੱਕ ਰਚਨਾ ਬਣਾਈ ਹੈ, ਰੰਚਕ ਰੇਤ ਖੇਤ ਤਨ ਨਿਰਮਤ, ਮਾਤਾ ਤੇ ਪਿਤਾ ਦੇ ਸੰਯੋਗ ਤੋਂ ਬੱਚਾ ਬਣਦਾ ਹੈ। ਪਰ ਜੇ ਤੁਸੀਂ ਆਖੋ ਵੀ ਮਾਤਾ ਪਿਤਾ ਦੇ ਹੁਕਮ ਵਿੱਚ ਹੀ ਬੱਚੇ ਬਣਦੇ ਨੇ, ਤੇ ਮੈਂ ਉਹ ਮਾਵਾਂ ਵੇਖੀਆਂ ਨੇ ਜਿਨ੍ਹਾਂ ਦੀ ਸਾਰੀ ਉਮਰ ਬਾਂਝ ਰਿਆਂ ਹੀ ਲੰਘ ਗਈ ਹੈ, ਬੱਚਾ ਨਾ ਪੈਦਾ ਹੋਇਆ। ਇਹ ਤੇ ਉਹਦੀ ਬਖਸ਼ਿਸ਼ ਹੈ, ਦਾਦਾ ਦਾਤਾ ਇੱਕ ਹੈ, ਕਿਸੇ ਨੂੰ ਬਖਸ਼ ਦਿੰਦਾ ਹੈ ਤੇ ਕਿਸੇ ਦੀ ਝੋਲੀ ਸਖਣੀ ਰਹਿ ਜਾਂਦੀ ਹੈ। ਉਹ ਜਿਸ ਨਾਨਕ ਨਿਰੰਕਾਰੀ ਨੇ ਬਖਸ਼ਿਆ ਹੈ ਉਹਨੇ ਲੈ ਲਿਆ, ਇਹ ਦੁੱਖ ਕਾਹਦਾ ਹੈ? ਬੰਦਾ ਸਿੰਘ ਬਹਾਦਰ ਕਹਿੰਦਾ, ਇਹ ਅਵਸਥਾ ਕਿੱਥੋਂ ਮਿਲੀ? ਸਾਡੇ ਕੋਲ ਤੇ ਇਹ ਅਵਸਥਾ ਨਹੀਂ ਹੈ। ਸਾਡੇ ਤੇ ਬੱਚੇ ਦੇ ਕੰਡਾ ਚੁੱਭ ਜਾਵੇ ਤੇ ਹਸਪਤਾਲ ਲੱਭਦੇ ਫਿਰਦੇ ਹਾਂ ਅਸੀਂ। ਮਾੜਾ ਜਿਹਾ ਬੱਚਾ ਵੈਰਾਗ ਕਰੇ, ਰੋਵੇ ਤੇ ਮਾਂ ਦਾ ਰੋਣਾ ਨਿਕਲਦਾ ਹੈ, ਬਾਪ ਦਾ ਰੋਣਾ ਨਿਕਲਦਾ ਹੈ। ਬੰਦਾ ਸਿੰਘ ਬਹਾਦਰ, ਤੇਰੇ ਕੋਲ ਬਰਕਤਾਂ ਕਿਵੇਂ ਆ ਗਈਆਂ? ਤੇਰੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਪਾਇਆ, ਤੈਨੂੰ ਦੁੱਖ ਨਾ ਲੱਗਾ?
ਕਹਿੰਦੇ ਫਿਰ ਧਿਆਨ ਦਿਓ, ਦੁੱਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖ ਸੀਲ ਸੁਨਾਹਾ ਹੈ। ਗੁਰੂ ਨਾਨਕ ਨਿਰੰਕਾਰੀ ਦੀ ਬਾਣੀ ਦਾ ਪ੍ਰਤਾਪ ਐਸਾ ਹੈ, ਐਸੀ ਸੰਜੋ, ਐਸਾ ਕਵਚ ਨਾਮ ਰਸ ਦਾ ਉਹ ਬਖਸ਼ ਦਿੰਦਾ ਵੀ ਦੁੱਖ ਸੁੱਖ ਤੋਂ ਗੁਰਮੁਖ ਉੱਚੇ ਉੱਠ ਜਾਂਦੇ ਨੇ। ਉਹ ਖੁਰਾਕ ਬਖਸ਼ ਦਿੰਦਾ ਜਿਹਦੇ ਨਾਲ ਦਰਦ ਹੀ ਨਹੀਂ ਹੁੰਦਾ, ਉਹ ਤੇ ਗੁਰਮੁਖਾਂ ਨੂੰ ਇੰਨੀ ਤਾਕਤ ਦਿੰਦਾ ਹੈ। ਫਿਰ ਸਾਹਿਬਜ਼ਾਦਿਆਂ ਦੇ ਵਿਛੜੇ ਦਾ ਖੁਦ ਖੁਦਾ ਗੁਰੂ ਗੋਬਿੰਦ ਸਿੰਘ 'ਤੇ ਕੀ ਅਸਰ ਹੋਵੇਗਾ। ਕਹਿੰਦੇ ਦਇਆ ਸਿੰਘ ਜੀ ਛੇਤੀ ਕਰੋ, ਮੈਂ ਰੁਕਣਾ ਇਸ ਲਈ ਨਹੀਂ ਚਾਹੁੰਦਾ, ਤਿੰਨ ਕਿਸ਼ਤਾਂ ਸਰਹੰਦ ਦੀ ਧਰਤੀ 'ਤੇ ਅਦਾ ਹੋਣੀਆਂ ਨੇ ਅਤੇ ਦੋ ਕਿਸ਼ਤਾਂ ਮੈਂ ਜਾ ਕੇ ਚਮਕੌਰ ਦੀ ਗੜੀ ਅਦਾ ਕਰਨੀਆਂ ਨੇ, ਉੱਥੇ ਪਹੁੰਚਣਾ ਏ। ਹਮਨੇ ਵੀ ਉਸ ਮੁਕਾਮ 'ਤੇ ਜਾਣਾ ਹੈ ਜਲਦ ਤਰ, ਜਿਸ ਜਗ੍ਹਾ ਪੇ ਤੁਮਕੋ ਆਪਣੇ ਕਟਾਨੇ ਪੜੇਂਗੇ, ਸਰ ਸ਼ਹੀਦ ਹੋਗੇ ਲੜ ਲੜ ਕੇ ਬਾਕੀ ਕੇ ਦੋ ਪਿਸਰ, ਅਕੇਲਾ ਰਹਿ ਜਾਊਂਗਾ ਕੱਲ ਤੱਕ ਲੁਟਵਾ ਕੇ ਆਪਣਾ ਘਰ। ਦੋ ਚਮਕੌਰ ਦੀ ਗੜੀ ਸ਼ਹੀਦ ਕਰਾਵਾਂਗਾ, ਛੇਤੀ ਚੱਲੀਏ। ਕਹਿੰਦੇ ਪਹਿਲੇ ਪਿਤਾ ਕਟਾਇਆ, ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਗਰ ਸੇ ਨਹਿਲਾਊਂਗਾ। ਇਹ ਬਚਨ ਕਹਿ ਕੇ ਸਮਾਪਤੀ ਕਰੀਏ, ਫਿਰ ਕੱਲ੍ਹ ਨੂੰ ਪ੍ਰਸੰਗ ਦੀ ਆਰੰਭਤਾ ਕਰਾਂਗੇ। ਗੁਰੂ ਗੋਬਿੰਦ ਸਿੰਘ ਕਹਿੰਦੇ ਪਹਿਲੇ ਪਿਤਾ ਕਟਾਇਆ, ਅਬ ਬੇਟੇ ਕਟਵਾਊਂਗਾ, ਨਾਨਕ ਕਾ ਬਾਗ ਖੂਨੀ ਜ਼ਿਗਰ ਸੇ ਨਹਿਲਾਊਂਗਾ। ਕਿਤੇ ਸਿੱਖੀ ਦਾ ਰੁੱਖ ਸੁੱਕ ਨਾ ਜਾਵੇ ਤੇ ਮਾਲੀ ਰੁੱਖ ਦੀਆਂ ਜੜ੍ਹਾਂ ਵਿੱਚ ਪਾਣੀ ਪਾਉਂਦਾ ਹੈ ਵੀ ਰੁੱਖ ਸੁੱਕ ਨਾ ਜਾਵੇ। ਸਿੱਖੀ ਦਾ ਰੁੱਖ ਸਦੀਵੀ ਹਰਿਆ ਭਰਿਆ ਰਹੇਗਾ, ਇਹ ਸੁੱਕ ਕਿਉਂ ਨਹੀਂ ਸਕਦਾ? ਇਹਦੀਆਂ ਜੜ੍ਹਾਂ 'ਚ ਨਿਰਾ ਪਾਣੀ ਨਹੀਂ, ਪਾਣੀ ਪਾਇਆ ਤੇ ਕਈ ਰੁੱਖ ਫਿਰ ਵੀ ਸੁੱਕ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖੀ ਦੇ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਦਾ ਤੇ ਚੌਵਾਂ ਬੱਚਿਆਂ ਦਾ ਲਹੂ ਪਾਇਆ ਏ। ਇਸ ਰੁੱਖ ਨੂੰ ਮੈਂ ਬੱਚਿਆਂ ਦੇ ਲਹੂ ਨਾਲ ਸਿੰਚਿਆ ਏ, ਰਹਿੰਦੀ ਦੁਨੀਆਂ ਤੱਕ ਮੇਰਾ ਖਾਲਸਾ ਪੰਥ ਰੂਪੀ ਰੁੱਖ ਕਦੇ ਸੁੱਕ ਨਹੀਂ ਸਕਦਾ। ਇਹ ਗੁਰੂ ਵਿੱਚ ਤਾਕਤਾਂ ਨੇ, ਸਾਡੇ ਘਰਾਂ ਦੇ ਚਿਰਾਗ ਜਗਦੇ ਰੱਖਣ ਲਈ ਆਪਣੇ ਚਾਰ ਚਿਰਾਗ ਬੁਝਾ ਗਿਆ ਗੁਰੂ ਆਮ ਹੈ, ਲੱਖਾਂ ਨਾਲ ਲੜਵਾ ਗਿਆ, ਦੇ ਕੇ ਥਾਪੜਾ ਇੱਕ ਮਾਮੂਲੀ ਬੰਦੇ ਨੂੰ, ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜਾ ਗਿਆ। ਉਹ ਥਾਪੜਾ ਦਵੇ ਤੇ ਚਿੜੀਆਂ ਬਾਜ ਢਾਲ ਲੈਂਦੀਆਂ ਨੇ, ਬਚਿੱਤਰ ਸਿੰਘ ਹਾਥੀ ਨੂੰ ਢਾਲ ਲੈਂਦਾ ਹੈ ਤੇ ਭਾਈ ਦਇਆ ਸਿੰਘ ਵਰਗੇ ਸਵਾ ਸਵਾ ਲੱਖ ਨੰਗੀ ਤਲਵਾਰ ਤੇ ਨੱਚਦੇ ਨੇ। ਆਹ ਜਿਹੜੇ ਤੁਹਾਡੇ ਤੇ ਸਾਡੇ ਬੱਚੇ ਨੇ ਨਾ, 14-15 ਸਾਲਾਂ ਦਾ ਬੱਚਾ ਹੋਵੇ ਨਾ, ਮਾਂ ਆਖੇ ਵੀ ਗਵਾਂਢੀਆਂ ਘਰੋਂ ਖੱਟਾ ਹੀ ਫੜ ਲਿਆ, ਦਹੀਂ ਨੂੰ ਜਾਗ ਲਾਉਣੀ ਹੈ ਤੇ ਬੱਤੀ ਚਲੀ ਜਾਵੇ ਤੇ ਘਰੋਂ ਬਾਹਰ ਨਹੀਂ ਕਦਮ ਰੱਖਦਾ। 17 ਸਾਲ ਦਾ ਬਾਬਾ ਅਜੀਤ ਸਿੰਘ, 14 ਕੁ ਵਰਿਆਂ ਦਾ ਬਾਬਾ ਜੁਝਾਰ ਸਿੰਘ, 10 ਲੱਖ ਨੰਗੀ ਤਲਵਾਰ ਤੇ ਨੱਚੇ ਨੇ। ਕੀ ਗੁਰੂ ਆਮ ਹੈ ਜਾਂ ਉਹਦੇ ਬੱਚੇ ਆਮ ਸਨ? ਸਾਡਾ ਬੱਚਾ ਤੇ ਇੱਕ ਨੰਗੀ ਤਲਵਾਰ ਅੱਗੇ ਨਹੀਂ ਖਲੋਂਦਾ। ਰੱਬ ਦਾ ਵਾਸਤਾ ਹੀ ਗੁਰ ਸਮਰੱਥ। ਗੁਰੂ ਗੋਬਿੰਦ ਸਿੰਘ ਮੇਰੇ ਲਈ ਕੀ ਹੈ ਸਿੱਖਾ? ਗੁਰ ਸਮਰੱਥ,
ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ, ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ। ਮੇਰੇ ਲਈ ਤੇ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਗੁਰੂ ਗੋਬਿੰਦ ਦਾ ਰੁਤਬਾ ਬੜਾ ਸਮਰੱਥਾ ਵਾਲਾ ਏ, ਜੋ ਚਾਹੇ ਕਰ ਸਕਦਾ ਹੈ। ਦੀਨ ਦੁਨੀਆ ਦਾ ਉਹ ਮਾਲਕ ਹੈ, ਉਹਦੀ ਜਿੰਨੀ ਚਾਹੇ ਕਥਾ ਸੁਣਾਉਂਦੇ ਰਹੋ, ਅਲਫਾਜ਼ ਮੁੱਕ ਜਾਣਗੇ ਪਰ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨਹੀਂ ਮੁੱਕੇਗੀ। ਉਹਦੀ ਯਾਦ ਵਿੱਚ, ਉਹਦੇ ਲਾਲਾਂ ਦੀ ਯਾਦ ਵਿੱਚ ਬੈਠੇ ਹਾਂ ਸਰਸਾ ਦੇ ਕੰਢੇ ਤੋਂ। ਕਿਵੇਂ ਮਾਤਾ ਗੁਜਰੀ ਛੋਟੇ ਛੋਟੇ ਲਾਲਾਂ ਨੂੰ ਗੰਗੂ ਦੇ ਨਾਲ ਜਾ ਲੈ ਕੇ ਖੇੜੀ ਪਹੁੰਚਦੀ ਹੈ, ਕਿਵੇਂ ਮੋਰਿੰਡੇ ਦੇ ਠਾਣੇ ਵਿੱਚ ਪਹੁੰਚਦੇ ਨੇ ਅਤੇ ਕਿਵੇਂ ਸਰਹੰਦ ਅੰਦਰਨੀਆਂ ਵਿੱਚ ਚਿਣੇ ਜਾਂਦੇ ਨੇ। ਕੱਲ੍ਹ ਦੇ ਪ੍ਰਸੰਗ ਵਿੱਚ ਯਤਨ ਕਰਾਂਗੇ ਗੁਰੂ ਪਾਤਸ਼ਾਹ ਦੇ ਗੁਣ ਗਾਇਨ ਕਰਨ ਦੇ। ਪੁੱਲ ਚੁੱਕ ਦੀ ਖਿਮਾ ਵਿਚਾਰ ਕਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ। ਇਹ ਸਾਹਿਬਜ਼ਾਦੇ ਇਹ ਗੁਰੂ ਕੇ ਸਿੰਘ ਖੰਡੇ ਦੀ ਪੌਲ ਲੈ ਕੇ ਲੱਖਾਂ ਨੰਗੀਆਂ ਤਲਵਾਰਾਂ 'ਤੇ ਨੱਚੇ ਅਤੇ ਤੂੰ ਹੁਣ ਸਮੇਂ ਦਾ ਪਤਾ ਨਹੀਂ ਹੁੰਦਾ ਦਿਨ ਅਗਲਾ ਚੜ੍ਹੇ ਜਾਂ ਨਾ ਚੜ੍ਹੇ। ਕਈ ਆਖਣਗੇ ਬੁੱਢੇ ਹੋ ਕੇ ਅੰਮ੍ਰਿਤ ਛਕਾਂਗੇ, ਜਿਵੇਂ ਰਜਿਸਟਰੀ ਕਰਾਈ ਹੁੰਦੀ ਵੀ ਭਾਊ ਨੇ ਬੁੱਢਾ ਹੋ ਹੀ ਜਾਣਾ ਹੈ। ਉਹ ਗੁਰੂ ਸਾਹਿਬ ਕਹਿੰਦੇ ਉਹ ਇੱਕ ਸਾਹ ਦਾ ਨਹੀਂ ਭਰੋਸਾ, ਹਮ ਆਦਮੀ ਹਾਂ ਇੱਕ ਦਮੀ, ਮੁਹਲਤ ਮੋਹਤ ਨਾ ਜਾਣਾ। ਕੱਲ੍ਹ ਨੂੰ ਖੰਡੇ ਦੀ ਪੌਲ ਤਿਆਰ ਹੋਣੀ ਹੈ, ਗੁਰੂ ਵਾਲੇ ਬਣੋ, ਆਉਣ ਵਾਲੇ ਸਮੇਂ ਦਾ ਪਤਾ ਨਹੀਂ ਹੁੰਦਾ। ਨਾਨਕ ਨਿਰੰਕਾਰੀ ਦੇ ਚਰਨਾਂ ਵਿੱਚ ਜਗ੍ਹਾ ਚਾਹੀਦੀ ਹੈ ਅਤੇ ਖੰਡੇ ਦੀ ਪੌਲ ਛਕੋ, ਗੁਰੂ ਕੇ ਨਾਦੀ ਪੁੱਤਰ ਬਣੋ, ਕੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।